जस टीवी देख रहे हो तुसीं, मैं केपी सिंह तुहाड़ा स्वागत करदा। अक्सर तुसीं पोलिटिकल डिबेट्स ते होर जिहड़ियां तिखियां बहसां ओह अक्सर सुणदे हो इस मंच तों, पर असीं कई वारी कोशिश करदे हां जिहड़े तुहाडे नाल जुड़े मुद्दे है कि उहनां दी चर्चा जरूर कीती जावे। ते अज्ज गल असीं होलीडेज़ दी करनी आ, छुट्टियां दी करनी आ, वैकेशनस दी करनी आ। ते इह छुट्टियां बच्चों नूं हुंदियां, विद्यार्थियों नूं हुंदियां, ते उहनां दे मापे चाहुंदे आ कि उहनां नूं घुमाया जावे, पर कई ਔਕੜਾਂ ਅੱਗੇ ਆ ਜਾਂਦੀਆਂ ਹੈਗੀਆਂ। ਪਰ ਕਈ ਸਕੂਲ ਆ ਜਿਹੜੇ ਉਹ ਛੁੱਟੀਆਂ ਕਰਕੇ ਵੀ ਛੁੱਟੀਆਂ ਨਹੀਂ ਹੋਣ ਦਿੰਦੇ ਗੇ। ਬਹੁਤ ਸਾਰੇ ਇਹੋ ਜਿਹੇ ਸਵਾਲ ਹੈਗੇ ਆ ਜਿਹੜੇ ਤੁਹਾਡੇ ਸਾਡੇ ਜ਼ਿਹਨ ਦੇ ਵਿੱਚ ਹੁੰਦੇ ਜ਼ਰੂਰ ਆ, ਪਰ ਉਹਨਾਂ ਸਵਾਲਾਂ ਦੀ ਚਰਚਾ ਅਕਸਰ ਟੀਵੀ ਡਿਬੇਟਸ ਵਿੱਚ ਘੱਟ ਹੁੰਦੀ ਹੈ, ਕਿਉਂਕਿ ਵਕਤ ਨਹੀਂ ਹੈਗਾ, ਸਾਰਿਆਂ ਦਾ ਟੀ ਆਰ ਪੀ ਦਾ ਰੌਲਾ ਹੈਗਾ, ਅਤੇ ਛੁੱਟੀਆਂ ਅਤੇ ਜੋ ਜ਼ਿਕਰ ਹੁੰਦਾ ਅਤੇ ਉਹ ਛੁੱਟੀਆਂ ਉਹਨਾਂ ਨੂੰ ਆਪ ਨੂੰ ਨਹੀਂ ਮਿਲਦੀਆਂ, ਕਹਿੰਦੇ ਅਸੀਂ ਕੋਈ ਜ਼ਿਕਰ ਕਰੀਏ, ਪਰ ਸਾਨੂੰ ਮਿਲਦੀਆਂ ਇਸ ਕਰਕੇ ਅਸੀਂ ਪੁੱਛ ਰਹੇ ਹਾਂ ਛੁੱਟੀਆਂ ਕਿੰਨੀਆਂ ਝੂਠੀਆਂ। ਛੁੱਟੀਆਂ ਵਾਲਾ ਸੱਭਿਆਚਾਰ ਚਰਚਾ ਇਸ ਲਈ ਕਰ ਰਹੇ ਹਾਂ, ਚਰਚਾ ਕਿਉਂ ਕਰ ਰਹੇ ਹਾਂ, ਵੱਧਦੀ ਮਹਿੰਗਾਈ ਨੇ ਗਰਮੀਆਂ ਦੀਆਂ ਛੁੱਟੀਆਂ ਦੇ ਮਾਇਨੇ ਬਦਲ ਦਿੱਤੇ ਆ। ਦਾਦਕੇ ਨਾਨਕੇ ਥਾਂ ਸਮਰ ਕੈਂਪਸ ਦੇ ਵਿੱਚ ਕਹਾਣੀਆਂ ਸੁਣਦੇ ਨੇ ਬੱਚੇ। ਛੁੱਟੀਆਂ ਨੇ ਮਨਾਉਣ ਦਾ ਆਧਾਰ ਹੁਣ ਆਰਥਿਕ ਹੋ ਗਿਆ, ਜਿਹਦੇ ਕੋਲ ਜਿੰਨੇ ਪੈਸੇ ਆ ਓਡੇ ਵੱਡੇ ਪਹਾੜ 'ਤੇ ਉਹ ਚਲਾ ਜਾਊਗਾ। ਅਮੀਰ ਅਤੇ ਗਰੀਬ ਬੱਚਿਆਂ ਦੀਆਂ ਛੁੱਟੀਆਂ ਦੇ ਮਾਇਨੇ ਵੱਖ ਵੱਖ ਹੋ ਗਏ ਆ। ਵਿਦੇਸ਼ਾਂ 'ਚ ਘੁੰਮਣ ਤੋਂ ਪਿੰਡਾਂ 'ਚ ਮਜ਼ਦੂਰੀ ਤੱਕ ਜੁੜੇ ਛੁੱਟੀਆਂ ਦੇ ਤਾਰ ਨੇ, ਕਿਉਂਕਿ ਕਈ ਬੱਚੇ ਆ ਜਿਹੜੇ ਮਜ਼ਦੂਰੀ ਕਰਦੇ ਪਏ ਦੇ ਮਾਪੇ ਨਾਲ, ਹਾਲਾਂਕਿ ਬਾਲ ਮਜ਼ਦੂਰੀ ਦੀ ਗੱਲ ਤਾਂ ਹੁੰਦੀ ਆ ਪਰ ਉਹ ਜ਼ਮੀਨੀ ਤੌਰ 'ਤੇ ਕਿੰਨੀ ਸਮਝ ਆਉਂਦੀ ਆ ਸਾਡੇ। ਵਿਦੇਸ਼ਾਂ ਵਿੱਚ ਘੁੰਮਣ ਜਾਣਾ ਸਾਡਾ ਫੈਸ਼ਨ ਬਣ ਚੁੱਕਿਆ ਹੈਗਾ, ਅਤੇ ਜਦੋਂ ਫੇਸਬੁੱਕ 'ਤੇ ਅਤੇ ਇੰਸਟਾ 'ਤੇ ਜਦੋਂ ਸਟੇਟਸ ਪੈਂਦਾ ਫਿਰ ਮਜ਼ਾ ਆ ਜਾਂਦਾ। ਟਵਿੱਟਰ 'ਤੇ ਜਦੋਂ ਦੱਸਦੇ ਹਾਂ ਅਸੀਂ ਕਿ ਵਿਦੇਸ਼ ਘੁੰਮ ਰਹੇ ਹਾਂ, ਫਿਰ ਉਦੋਂ ਕੁਝ ਹੋਰ ਤਰੀਕੇ ਨਾਲ ਸੋਚਦੇ ਹਾਂ, ਪਰ ਜਦੋਂ ਬੱਚੇ ਮਜ਼ਦੂਰੀ ਕਰਦੇ ਪਏ ਦੇ ਬੱਚੇ ਮਾਪਿਆਂ ਦੇ ਨਾਲ, ਉਹਨਾਂ ਲਈ ਸਵਾਲ ਵੱਖਰੇ ਹੈਗੇ ਆ। ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਲਈ ਛੁੱਟੀਆਂ ਦੇ ਮਾਇਨੇ ਵੱਖ ਵੱਖ ਹੈਗੇ ਆ। ਸਰਕਾਰੀ ਸਕੂਲ ਕਿਸੇ ਹੋਰ ਤਰੀਕਿਆਂ ਸੋਚਦੇ ਆ, ਨਿੱਜੀ ਸਕੂਲ ਕਿਸੇ ਹੋਰ ਤਰੀਕਿਆਂ ਸੋਚਦੇ ਆ, ਹਾਲਾਂਕਿ ਕੋਈ ਨਿੱਜੀ ਸਕੂਲ ਆ ਜਿਹੜੇ ਉਹ ਵੱਖਰੇ ਤਰੀਕੇ ਨਾਲ ਸੋਚਣ ਨੂੰ ਮਜਬੂਰ ਹੋ ਗਏ ਆ। ਸਵਾਲ ਕਿਉਂ ਪੁੱਛਾਂਗੇ, ਇਸ ਚਰਚਾ ਦੇ ਵਿੱਚ ਸਵਾਲ ਇਹ ਪੁੱਛਿਆ ਜਾਵੇਗਾ ਬੱਚਿਆਂ ਲਈ ਸਕੂਲਾਂ 'ਚ ਗਰਮੀਆਂ ਦੀ ਛੁੱਟੀਆਂ ਦੇ ਮਾਇਨੇ ਕਿਵੇਂ ਬਦਲ ਗਏ। ਅਤੇ ਪੈਨਲ ਸਾਡੇ ਨਾਲ ਮੌਜੂਦ ਹੈਗਾ, ਉਹਨਾਂ ਤੁਹਾਡਾ ਤਾਰਫ ਕਰਾ ਰਿਹਾ। ਡਾਕਟਰ ਦਰਸ਼ਨ ਸਿੰਘ ਆਸ਼ਟ, ਇਹ ਇੱਕ ਸਾਹਿਤਕ ਸ਼ਖਸੀਅਤ ਦੇ ਤੌਰ 'ਤੇ ਵਿਚਰਦੇ ਨੇ, ਬੜੇ ਪੁਰਸਕਾਰ ਇਹਨਾਂ ਨੂੰ ਮਿਲ ਚੁੱਕੇ ਆ, ਬਾਲ ਸਾਹਿਤ ਬਾਰੇ ਬੜਾ ਕੁਝ ਲਿਖਦੇ ਹੈਗੇ ਆ। ਅਤੇ ਬੱਚਿਆਂ ਦੇ ਮਨ ਨੂੰ ਪੜ੍ਹਨਾ ਜੇ ਦੇਖਣਾ ਹੋਵੇ, ਬੱਚਿਆਂ ਦੇ ਮਨ ਨੂੰ ਕਿਵੇਂ ਪੜ੍ਹਿਆ ਜਾਵੇ, ਤਾਂ ਇਹਨਾਂ ਦਾ ਸਾਹਿਤ ਪੜ੍ਹਨਾ ਜ਼ਰੂਰੀ ਹੈਗਾ। ਡਾਕਟਰ ਦਰਸ਼ਨ ਸਿੰਘ ਆਸ਼ਟਰਾਂ ਨੂੰ ਇਸੇ ਕਰਕੇ ਅਸੀਂ ਸੱਦਿਆ ਹੈਗਾ। ਆਸ਼ਟਰ, ਤੁਹਾਡਾ ਬਹੁਤ ਸਵਾਗਤ ਹੈ। ਸ਼ੁਕਰੀਆ ਜੀ। ਡਾਕਟਰ ਪਹਿਲਾਂ ਗਰਗ ਇੱਕ ਮਾਹਰ ਦੇ ਤੌਰ 'ਤੇ ਸਾਡੇ ਮੌਜੂਦ ਰਹਿਣਗੇ। ਗਰਗ ਸਾਹਿਬ ਨੂੰ ਪਿੰਡਾਂ ਅਤੇ ਸ਼ਹਿਰਾਂ ਦੇ ਸੱਭਿਆਚਾਰ ਦਾ, ਨਿੱਜੀ ਸਕੂਲਾਂ ਦਾ ਅਤੇ ਸਰਕਾਰੀ ਸਕੂਲਾਂ ਦੇ ਸੱਭਿਆਚਾਰ ਦਾ ਬਹੁਤ ਚੰਗੀ ਤਰ੍ਹਾਂ ਗਿਆਨ ਹੈਗਾ, ਇਸ ਕਰਕੇ ਡਾਕਟਰ ਗਰਗ ਹਰਾਂ ਨੂੰ ਸੱਦਿਆ। ਅਤੇ ਵੈਸੇ ਤਾਂ ਇਹਨਾਂ ਦਾ ਪਿਛੋਕੜ ਆ ਉਹ ਡਾਕਟਰੀ ਹੈਗਾ, ਪਰ ਇਸ ਡਾਕਟਰੀ ਦੇ ਨਾਲ ਉਹ ਬੱਚਿਆਂ ਦਾ ਇਲਾਜ ਕਰਦੇ ਰਹੇ ਆ, ਅਤੇ ਇਸ ਕਰਕੇ ਇਹਨਾਂ ਨੂੰ ਇੱਥੇ ਸੱਦਣਾ ਜ਼ਿਆਦਾ ਮਹੱਤਵਪੂਰਨ ਸੀਗਾ। ਪਿੰਡਾਂ ਅਤੇ ਸ਼ਹਿਰਾਂ ਦੇ ਸਕੂਲਾਂ ਬਾਰੇ ਮਹੱਤਵਪੂਰਨ ਜਾਣਕਾਰੀ ਦੇ। ਡਾਕਟਰ, ਤੁਹਾਡਾ ਬਹੁਤ ਸਵਾਗਤ ਹੈ। ਆਰ ਕੇ ਵਾਲੀਆ ਸਾਹਿਬ ਐਜੂਕੇਸ਼ਨਿਸਟ ਦੇ ਤੌਰ 'ਤੇ ਸਾਡੇ ਨਾਲ ਮੌਜੂਦ ਨੇ। ਆਰ ਕੇ ਵਾਲੀਆ ਸਾਹਿਬ ਇੱਕ ਨਿੱਜੀ ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਨੇ। ਵਾਲੀਆ ਸਾਹਿਬ ਦਾ ਲੰਬਾ ਤਜਰਬਾ ਹੈਗਾ ਇਸ ਫੀਲਡ ਦੇ ਵਿੱਚ, ਅਤੇ ਵਾਲੀਆ ਸਾਹਿਬ ਨੂੰ ਪਤਾ ਕਿ ਬੱਚੇ ਛੁੱਟੀਆਂ ਕਦੋਂ ਮੰਗਦੇ ਆ ਅਤੇ ਸਕੂਲ ਵਾਲੇ ਛੁੱਟੀਆਂ ਦਿੰਦੇ ਕਿਵੇਂ ਹੈਗੇ ਆ। ਹਾਲਾਂਕਿ ਇਹਨਾਂ ਦੇ ਸਕੂਲ ਦਾ ਮਤਲਬ ਕੁਝ ਹੋਰ ਹੈ ਜਾਂ ਨਹੀਂ ਹੈ, ਬਾਕੀ ਨਿੱਜੀ ਸਕੂਲਾਂ ਦਾ ਮਤਲਬ ਕੀ ਹੈਗਾ, ਇਹ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਵਾਲੀਆ ਸਾਹਿਬ, ਤੁਹਾਡਾ ਬਹੁਤ ਸਵਾਗਤ ਹੈ। ਵਿਨੋਦ ਕੁਮਾਰ ਸੋਸ਼ੋਲੋਜਿਸਟ ਨੇ, ਇਹ ਸੋਸ਼ੋਲੋਜੀ ਦੇ ਅਸਿਸਟੈਂਟ ਪ੍ਰੋਫੈਸਰ ਨੇ ਪੰਜਾਬ ਯੂਨੀਵਰਸਿਟੀ ਦੇ ਵਿੱਚ। ਅਤੇ ਸਮਾਜ ਸ਼ਾਸਤਰ ਕਹਿੰਦਾ ਕੀ ਹੈਗਾ, ਬੱਚਿਆਂ ਨੂੰ ਛੁੱਟੀਆਂ ਹੋਣੀਆਂ ਚਾਹੀਦੀਆਂ, ਨਹੀਂ ਹੋਣੀਆਂ ਚਾਹੀਦੀਆਂ, ਜੇ ਛੁੱਟੀਆਂ ਹੋਣੀਆਂ ਚਾਹੀਦੀਆਂ ਉਹਦੇ ਵਿੱਚ ਕਰਨਾ ਕੀ ਚਾਹੀਦਾ, ਛੁੱਟੀਆਂ ਦੇ ਵਿੱਚ ਨਾਨੀ ਕੋਲ ਜਾਣਾ ਚਾਹੀਦਾ, ਨਾਨੇ ਕੋਲ ਜਾਣਾ ਚਾਹੀਦਾ, ਦਾਦੀ ਕੋਲ ਜਾਣਾ ਚਾਹੀਦਾ, ਦਾਦੇ ਕੋਲ ਜਾਣਾ ਚਾਹੀਦਾ, ਜਾਂ ਨਹੀਂ ਜਾਣਾ ਚਾਹੀਦਾ ਗਾ। ਜੇ ਨਹੀਂ ਜਾ ਰਹੇ ਤਾਂ ਕਿਉਂ ਨਹੀਂ ਜਾ ਰਹੇ ਗੇ, ਬਹੁਤ ਸਾਰੇ ਸਵਾਲ ਇਹਨੂੰ ਸਮਝਣ ਦੀ ਕੋਸ਼ਿਸ਼ ਕਰਾਂ। ਵਿਨੋਦ ਕੁਮਾਰ, ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਸਵਾਲ ਆਸ਼ ਸਾਹਿਬ ਤੁਹਾਨੂੰ ਕਰਨਾ ਚਾਹੂੰਗਾ। ਆਸ਼ ਸਾਹਿਬ ਜੀ, ਜ਼ਿਆਦਾ ਸੰਜੀਦਾ ਇਸ਼ੂ ਤਾਂ ਨਹੀਂ ਹੈਗਾ ਇਹ, ਬੜਾ ਹਲਕਾ ਫੁਲਕਾ ਇਸ਼ੂ ਹੈਗਾ ਜੀ ਜੀ, ਪਰ ਤੁਹਾਡਾ ਸਾਹਿਤ ਕੀ ਕਹਿੰਦਾ, ਛੁੱਟੀਆਂ ਬੱਚਿਆਂ ਨੂੰ ਕਿਉਂ ਹੁੰਦੀਆਂ? ਜਿਹੜੀਆਂ ਛੁੱਟੀਆਂ ਨੇ ਜੀ, ਇਹ ਬੱਚਿਆਂ ਨੂੰ ਸੋਹਜ ਸਵਾਦ ਦੇਣ ਵਾਸਤੇ ਛੁੱਟੀਆਂ ਹੁੰਦੀਆਂ ਨੇ, ਔਰ ਇਹਨਾਂ ਛੁੱਟੀਆਂ ਦੇ ਨਾਲ ਮੈਂ ਸਮਝਦਾ ਕਿ ਬੱਚਿਆਂ ਨੂੰ ਇੱਕ ਰੀਫਰੈਸ਼ਮੈਂਟ ਮਿਲਦੀ ਹੈ ਔਰ ਇੱਕ ਤਾਜ਼ਗੀ ਹੈ ਜਿਹੜੀ ਉਹ ਬੱਚੇ ਮਹਿਸੂਸ ਕਰਦੇ ਨੇ। ਸਾਰਾ ਸਾਲ ਬੱਚੇ ਪੜ੍ਹਾਈ ਕਰਦੇ ਨੇ, ਲੇਕਿਨ ਜਦੋਂ ਛੁੱਟੀਆਂ ਆਉਂਦੀਆਂ ਨੇ ਉਹਨਾਂ ਦੇ ਮਨਾਂ ਦੇ ਵਿੱਚ ਉਹਨਾਂ ਦੇ ਚਿਹਰਿਆਂ 'ਤੇ ਇੱਕ ਵੱਖਰੀ ਕਿਸਮ ਦੀ ਜਿਹੜੀ ਖੁਸ਼ੀ ਹੈ ਉਹ ਹੁੰਦੀ ਹੈ। ਤੁਹਾਨੂੰ ਛੁੱਟੀਆਂ ਤੰਗ ਹੁੰਦੀ ਸੀ? ਜੀ ਜੀ ਹਾਂ ਬਿਲਕੁਲ, ਮੈਂ ਬਹੁਤ ਛੁੱਟੀਆਂ ਦੇ ਵਿੱਚ ਨਾਨਕੇ ਜਾਣਾ ਅਤੇ ਦੋਸਤਾਂ ਮਿੱਤਰਾਂ ਨਾਲ ਘੁੰਮਣਾ, ਅਤੇ ਇਹ ਵੱਖਰੇ ਵੱਖਰੇ ਜਿਹੜੇ ਸੀ ਸਾਨੂੰ ਸ਼ੌਕ ਸੀ ਛੁੱਟੀਆਂ ਦੇ ਵਿੱਚ। ਔਰ ਖਾਸ ਕਰਕੇ ਛੁੱਟੀਆਂ ਦੇ ਵਿੱਚ ਮੈਂ ਸਮਝਦਾ ਕਿ ਇੱਕ ਨਹੀਂ ਇਹਦੇ ਕਈ ਪਰਪਜ਼ ਨੇ, ਔਰ ਜਿਵੇਂ ਆਮ ਤੌਰ 'ਤੇ ਸਾਡਾ ਲੋਕਮਾਨ ਵੀ ਕਹਿੰਦਾ ਕਿ ਨਾਨਕਿਆਂ ਨੂੰ ਜਾਵਾਂਗੇ, ਲੱਡੂ ਪੇੜੇ ਖਾਵਾਂਗੇ, ਮੋਟੇ ਹੋ ਕੇ ਆਵਾਂਗੇ। ਸੋ ਛੁੱਟੀਆਂ ਦੇ ਵਿੱਚ ਇੱਕ ਇਹ ਤਾਂਘ ਹੁੰਦੀ ਸੀ ਕਿ ਅਸੀਂ ਛੁੱਟੀਆਂ ਦੇ ਵਿੱਚ ਨਾਨਕੇ ਵੀ ਜਾਣਾ, ਉੱਥੇ ਨਾਨਾ ਨਾਨੀ ਨੂੰ ਵੀ ਮਿਲਣਾ, ਮਾਮਾ ਮਾਮੀ ਨੂੰ ਵੀ ਮਿਲਣਾ, ਔਰ ਉਹਨਾਂ ਦੇ ਬੱਚਿਆਂ ਨੂੰ ਵੀ ਮਿਲਣਾ। ਇੱਕ ਤਾਂਘ ਸੀ, ਇੱਕ ਸੁਪਨਾ ਹੁੰਦਾ ਸੀ, ਔਰ ਜਦੋਂ ਛੁੱਟੀਆਂ ਦੇ ਵਿੱਚ ਉਹ ਜਾਂਦੇ ਸੀ ਦਾਦਕੇ ਜਾਂ ਨਾਨਕੇ ਜਿੱਥੇ ਵੀ ਜਾਣਾ ਹੁੰਦਾ ਉਹਨਾਂ ਨੇ, ਔਰ ਉਹਦੇ ਨਾਲ ਇੱਕ ਵੱਖਰੀ ਕਿਸਮ ਦਾ ਉਹਨਾਂ ਨੂੰ ਸਕੂਨ ਮਿਲਦਾ ਸੀ, ਵੱਖਰੀ ਕਿਸਮ ਦਾ ਜਿਹੜਾ ਉਹ ਆਨੰਦ ਉੱਥੋਂ ਪ੍ਰਾਪਤ ਕਰਕੇ ਆਉਂਦੇ ਸੀ। ਔਰ ਇਹਦੇ ਨਾਲ ਹੀ ਉਹ ਮੈਂ ਸਮਝਦਾ ਕਿ ਜਿੱਥੇ ਵੀ ਜਾਂਦੇ ਉੱਥੋਂ ਦਾ ਸੱਭਿਆਚਾਰ, ਉੱਥੋਂ ਦੀ ਭਾਸ਼ਾ, ਉੱਥੋਂ ਦਾ ਭਾਈਚਾਰਾ, ਉੱਥੋਂ ਦੀ ਜਿਹੜੀ ਸਾਡੀ
ਉਹ ਹੋਰ ਮਜ਼ਬੂਤ ਹੁੰਦੀਆਂ ਸੀ ਔਰ ਜਦੋਂ ਛੁੱਟੀਆਂ ਬਿਤਾ ਕੇ ਉਹ ਆਉਂਦੇ ਸੀ ਤਾਂ ਉਹ ਆਪਣੇ ਦੇ ਜਿਹੜੇ ਤਜਰਬੇ ਸੀ ਉਹ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਵੀ ਸਾਂਝੇ ਕਰਦੇ ਸੀ ਸੋ ਛੁੱਟੀਆਂ ਦਾ ਇੱਕ ਵੱਖਰਾ ਹੀ ਜਿਹੜਾ ਸਕੂਨ ਹੈ ਆਜ ਸਾਹਿਬ ਆਜ ਸਾਹਿਬ ਇਹ ਮੈਂ ਤੁਹਾਨੂੰ ਰੋਕਣਾ ਨਹੀਂ ਚਾਹੁੰਦਾ ਜੋ ਤੁਸੀਂ ਬੋਲਦੇ ਹੋ ਆਜ ਸਾਹਿਬ ਜੀ ਇੱਥੇ ਬੱਚਿਆਂ ਨੂੰ ਵੀ ਦੇਖਣਾ ਹੈ ਪ੍ਰੋਗਰਾਮ ਜੀ ਕੁਝ ਬੱਚਿਆਂ ਲਈ ਕੁਝ ਸਾਹਿਤ ਦੇ ਤੰਦਾਂ ਵਿੱਚੋਂ ਕੁਝ ਆ ਸਕਦਾ ਜੀ 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 ਬਿਲਕੁਲ ਹੁਣ ਜਦੋਂ ਅਸੀਂ ਬੱਚਿਆਂ ਦੀ ਗੱਲ ਕਰਦੇ ਹਾਂ ਜਿਵੇਂ ਬੱਚੇ ਨੇ ਉਹ ਪਹਿਲਾਂ ਖੇਡਾਂ ਖੇਡਦੇ ਸੀ ਇੰਗਣ ਮਿੰਗਣ ਤਲੀ ਤਲਿੰਗਣ ਕਾਲਾ ਪੀਲਾ ਡੱਕਰਾ ਗੁੜਖਾਵਾਂ ਬੇਲ ਵਧਾਵਾਂ ਮੂਲੀ ਪੱਤਰਾ ਪੱਤਰੇ ਵਾਲੇ ਘੋੜੇ ਆਏ ਹੱਥ ਕੁਤਾੜੀ ਪੈਰ ਕੁਤਾੜੀ ਨਿਕਲ ਬੱਲਿਆ ਤੇਰੀ ਵਾਰੀ ਬੱਚੇ ਜਦੋਂ ਵੀ ਉਹ ਖੇਡਾਂ ਖੇਡਦੇ ਸੀ ਛੁੱਟੀਆਂ ਦੌਰਾਨ ਤਾਂ ਸਭ ਤੋਂ ਪਹਿਲਾਂ ਉਹ ਪੁੱਗਦੇ ਸੀ ਔਰ ਪੁੱਗਣ ਤੋਂ ਬਾਅਦ ਹੀ ਉਹ ਕੋਈ ਨਾ ਕੋਈ ਖੇਡ ਖੇਡਦੇ ਸੀ ਔਰ ਇਹੀ ਕਾਰਨ ਸੀ ਕਿ ਜਦੋਂ ਤੀਰੀ ਤਵਾਰ ਵੀ ਹੁੰਦੀ ਸੀ ਪੁੱਗਣ ਦੇ ਵਿੱਚ ਨਾ ਅਸਾਂ ਹਾਂਜੀ ਬਿਲਕੁਲ ਉਹਦੇ ਵਿੱਚ ਕੋਟਲਾ ਛਪਾਕੀ ਦੀ ਗੱਲ ਕਰੀਏ ਅਸੀਂ ਉਹਦੇ ਵਿੱਚ ਬਾਂਦਰ ਕੀਲਾ ਦੀ ਗੱਲ ਕਰੀਏ ਉਹਦੇ ਵਿੱਚ ਅਸੀਂ ਕੂਕਾ ਕਾਂਗੜੇ ਦੀ ਗੱਲ ਕਰੀਏ ਜਾਂ ਉਹਦੇ ਵਿੱਚ ਪੀਰ ਪਲਾਂਗੜਾ ਦੀ ਗੱਲ ਕਰੀਏ ਪਿੱਠੂ ਗਰਮ ਦੀ ਗੱਲ ਕਰੀਏ ਛੁੱਟੀਆਂ ਦੇ ਵਿੱਚ ਜਿੰਨੀਆਂ ਸਾਡੀਆਂ ਲੋਕ ਖੇਡਾਂ ਸੀ ਜਿੰਨੀਆਂ ਵੀ ਸਾਡੀਆਂ ਬੱਚਿਆਂ ਦੀ ਖੇਡਾਂ ਸੀ ਉਹਦੇ ਨਾਲ ਇੱਕ ਤਾਂ ਬੱਚਿਆਂ ਦੇ ਉਹਦੇ ਨਾਲ ਜੁੜੇ ਹੋਏ ਗੀਤ ਸੀ ਜਿਹੜੇ ਕ੍ਰੀਏਟੀਵਿਟੀ ਸੀ ਜਿਹੜੀ ਉਹਦੇ ਨਾਲ ਬੱਚੇ ਆਪਣੇ ਆਪ ਹੀ ਗੀਤ ਜੋੜ ਲੈਂਦੇ ਸੀ ਉਹਨਾਂ ਖੇਡਾਂ ਦੇ ਨਾਲ ਔਰ ਉਹਨਾਂ ਦੀ ਸਿਰਜਣਾਤਮਕਤਾ ਸੀ ਜਿਹੜੀ ਉਹ ਉੱਭਰ ਕੇ ਸਾਹਮਣੇ ਆਉਂਦੀ ਸੀ ਠੀਕ ਆ ਸਾਹਿਬ ਮੈਂ ਵਾਪਸ ਆਊਂਗਾ ਤੁਹਾਡੇ ਕੋਲ ਜੀ ਵਾਲੀਆ ਸਾਹਿਬ ਜੀ ਤੁਹਾਡੇ ਸਕੂਲਾਂ ਨੂੰ ਜਿਹੜੇ ਤੁਹਾਡੇ ਵਰਗੇ ਨਿੱਜੀ ਸਕੂਲ ਹੈਗੇ ਉਹਨਾਂ ਨੂੰ ਇਹ ਲੋਕ ਖੇਡਾਂ ਦਾ ਮਤਲਬ ਪਤਾ ਬਿਲਕੁਲ ਠੀਕ ਫਰਮਾ ਰਹੇ ਹੋ ਕਿ ਅੱਜ ਦਾ ਬੱਚਾ ਜਿਹੜਾ ਹੈ ਨਾ ਉਹ ਲੋਕ ਗੀਤਾਂ ਤੋਂ ਲੋਕ ਖੇਡਾਂ ਤੋਂ ਬਹੁਤ ਬਹੁਤ ਦੂਰ ਹੋ ਗਿਆ ਇਹਦੇ ਪਿੱਛੇ ਬਹੁਤ ਵੱਡਾ ਦੋਸ਼ ਪੇਰੈਂਟਸ ਦਾ ਹੈ ਮਾਤਾ ਪਿਤਾ ਦਾ ਹੈ ਕਿਉਂਕਿ ਵਰਕਿੰਗ ਪੇਰੈਂਟਸ ਹੈ ਉਹ ਇਹ ਸੋਚਦੇ ਕਿ ਬੱਚਾ ਅਗਰ ਸਮਰ ਕੈਂਪ 'ਚ ਜਾਏਗਾ ਤਾਂ ਸਾਰਾ ਦਿਨ ਉੱਥੇ ਬਿਜ਼ੀ ਹੋ ਜਾਏਗਾ ਸਾਡਾ ਸਿਰ ਨਹੀਂ ਖਾਏਗਾ ਪਰ ਜਦਕਿ ਬੱਚੇ ਦੇ ਸਰਵਾਂਗੀਣ ਵਿਕਾਸ ਲਈ ਪੂਰੇ ਵਿਕਾਸ ਵਾਸਤੇ ਉਹਦੇ ਲਈ ਮਾਤਾ ਪਿਤਾ ਨੂੰ ਵੀ ਛੁੱਟੀ ਨਾਲ ਲੈ ਕੇ ਖੇਡਣਾ ਚਾਹੀਦਾ ਹੈ ਉਹਨਾਂ ਨੂੰ ਲੈ ਕੇ ਜਾਣਾ ਚਾਹੀਦਾ ਹੈ ਔਫਿਸ ਦਿੰਦੇ ਨਹੀਂ ਦਫ਼ਤਰ ਦਿੰਦੇ ਨਹੀਂ ਉਹਨਾਂ ਦਾ ਕੀ ਕਰਾਂਗੇ ਬਸ ਸਮੱਸਿਆ ਇਹੀ ਹੈ ਕਿ ਛੁੱਟੀਆਂ ਦੇ ਬਾਰੇ ਦੇ ਅੰਦਰ ਹੁਣ ਜੇ ਪੈਟਰਨਿਟੀ ਲੀਵ ਆਉਣ ਲੱਗ ਗਈ ਅਤੇ ਹੋਰ ਤਰੀਕੇ ਦੇ ਪ੍ਰੋਵੀਜ਼ਨ ਆ ਗਏ ਤਾਂ ਸਰਕਾਰ ਨੂੰ ਇਹ ਸੋਚਣਾ ਪਏਗਾ ਕਿ ਬੱਚਿਆਂ ਦੀ ਪੂਰੀ ਗਰੋਥ ਵਾਸਤੇ ਪੇਰੈਂਟਸ ਨੂੰ ਵੀ ਥੋੜ੍ਹੀ ਦੇਰ ਛੁੱਟੀ ਦੇਣੀ ਚਾਹੀਦੀ ਹੈ ਪ੍ਰਾਈਵੇਟ ਅਦਾਰੇ ਨਹੀਂ ਦਿੰਦੇ ਛੁੱਟੀ ਪ੍ਰਾਈਵੇਟ ਕੀ ਜੀ ਸਰਕਾਰੀ 'ਚ ਵੀ ਨਹੀਂ ਮਿਲਦੀ ਇਸ ਗੱਲ ਤੋਂ ਮੈਂ ਪੂਰਾ ਤੁਹਾਡੇ ਨਾਲ ਸਹਿਮਤ ਹਾਂ ਕਿ ਨਹੀਂ ਮਿਲਦੀ ਔਰ ਬੱਚਿਆਂ ਦਾ ਬਚਪਨ ਖੋ ਰਿਹਾ ਇਸੇ ਚੱਕਰ ਦੇ ਅੰਦਰ ਉਹ ਵਿਚਾਰੇ ਸਵੇਰੇ ਉੱਠ ਕੇ ਹੱਲੇ ਵੀ ਮੈਂ ਦੇਖਦਾ ਮੈਂ ਆਪਣੇ ਸਕੂਲ 'ਚ ਨਹੀਂ ਕੀਤਾ ਸਮਰ ਕੈਂਪ ਪਰ ਬਹੁਤ ਸਕੂਲਾਂ 'ਚ ਮੈਂ ਦੇਖਦਾ ਸਵੇਰੇ ਉੱਠ ਕੇ ਪਾਣੀ ਦੀ ਬੋਤਲ ਚੁੱਕੀ ਹੋਈ ਹੈ ਬਸਤਾ ਭਾਰੀ ਲੈ ਕੇ ਜਾ ਰਹੇ ਹੁੰਦੇ ਹੈ ਤਾਂ ਮੈਂ ਇੱਕ ਬੱਚੇ ਨੂੰ ਪੁੱਛਿਆ ਤੁਸੀਂ ਕਿੱਥੇ ਜਾ ਰਹੇ ਹੋ ਕਹਿੰਦਾ ਸਮਰ ਕੈਂਪ ਉੱਥੇ ਅਸੀਂ ਸਵਿਮਿੰਗ ਵੀ ਕਰਾਂਗੇ ਡਾਂਸ ਵੀ ਕਰਾਂਗੇ ਅਤੇ ਕੁਝ ਹੋਮਵਰਕ ਵੀ ਕਰਕੇ ਆਵਾਂਗੇ ਸੋ ਓਨ ਦੀ ਅਦਰ ਇੱਕ ਤਰੀਕੇ ਦੀ ਕਲਾਸ ਹੀ ਬੱਚੇ ਦੀ ਦੁਬਾਰਾ ਲੱਗ ਜਾਂਦੀ ਹੈ 1-2 ਵਜੇ ਆ ਕੇ ਸਕੂਲ ਦੇ ਮਾਹੌਲ ਵਿੱਚ ਹੀ ਰਹਿੰਦਾ ਹਾਂ ਮਾਹੌਲ 'ਚ ਹੀ ਰਹਿੰਦਾ ਔਰ ਪੇਰੈਂਟਸ ਸੋਚਦੇ ਕਿ ਚਲੋ ਸਾਡਾ ਬੱਚਾ ਅੰਡਰ ਕੇਅਰ ਸਕੂਲ ਦੇ ਵਿੱਚ ਰਹਿ ਰਿਹਾ ਸਾਨੂੰ ਕੋਈ ਉਹਦੇ ਬਾਰੇ ਆਪ ਛੁੱਟੀ ਲੈਣ ਦੀ ਜ਼ਰੂਰਤ ਠੀਕ ਹੈ ਮਰੀ ਸਾਹਿਬ ਵਿਨੋਦ ਕੁਮਾਰ ਜੀ ਸਮਰ ਕੈਂਪ ਦੇ ਵਿੱਚ ਕਿਹੜੀ ਟ੍ਰੇਨਿੰਗ ਮਿਲਦੀ ਹੈ ਜਿਹੜੀ ਦਾਦਾ ਦਾਦੀ ਅਤੇ ਨਾਨਾ ਨਾਨੀ ਤੋਂ ਨਹੀਂ ਮਿਲ ਸਕਦੀ ਮੈਨੂੰ ਲੱਗਦਾ ਹੈ ਕਿ ਅੱਜ ਦੇ ਸਮੇਂ ਵਿੱਚ ਅਸੀਂ ਕੀ ਕਰਦੇ ਪਏ ਬੱਚਿਆਂ ਦੇ ਕੋਲ ਅਸੀਂ ਸਮਝਦੇ ਹਾਂ ਕਿ ਉਹਨਾਂ ਨੂੰ ਕਈ ਤਰੀਕੇ ਦੀ ਟ੍ਰੇਨਿੰਗ ਦਿਵਾ ਦਈਏ ਉਹਨਾਂ ਨੂੰ ਕਈ ਤਰੀਕੇ ਦੇ ਕੋਰਸਾਂ ਵਿੱਚ ਪਾ ਦਈਏ ਲੇਕਿਨ ਲਾਸਟ ਮੇਂ ਅਸੀਂ ਦੇਖਾਂਗੇ ਤਾਂ ਪਾਵਾਂਗੇ ਕਿ ਬੱਚੇ ਬੜੇ ਰੋਬੋਟਿਕ ਹੋਤੇ ਜਾ ਰਹੇ ਔਰ ਟੈਕਨੋਲੋਜੀ ਕੇ ਸਾਥ ਮੇਂ ਉਨਕਾ ਜੋ ਲਗਾਓ ਹੈ ਉਹ ਉਨਕੋ ਔਰ ਜ਼ਿਆਦਾ ਰੋਬੋਟਿਕ ਬਣਾਤਾ ਜਾ ਰਿਹਾ ਹੈ ਔਰ ਸਾਨੂੰ ਚਾਹੀਦਾ ਕਿ ਉਹਨਾਂ ਨੂੰ ਦਾਦਾ ਦਾਦੀ ਨਾਨਾ ਨਾਨੀ ਤਾਇਆ ਚਾਚਾ ਔਰ ਰਿਸ਼ਤਾਂ ਦੀ ਅਹਿਮੀਅਤ ਸਮਝਾਈਏ ਕਿਉਂਕਿ ਇਹੀ ਪੀੜ੍ਹੀ ਹੈ ਜੋ ਅੱਗੇ ਜਾ ਕੇ ਹਮੇ ਪੂਰਾ ਦੇਸ਼ ਕੇ ਗਰੋਥ ਕੋ ਆਗੇ ਬਢਾਨੇ ਵਾਲੀ ਹੈ ਤੋ ਅਗਰ ਹਮ ਅਭੀ ਲਰਨਿੰਗ ਏਜ ਮੇਂ ਉਨਕੋ ਕੋਰੀਓਗ੍ਰਾਫ ਕਰ ਦੇਂਗੇ ਟੈਕਨੋਕ੍ਰੈਟ ਬਣਾ ਦੇਂਗੇ ਤੋ ਬੜਾ ਮੁਸ਼ਕਿਲ ਹੋਗਾ ਉਨਕੇ ਬਚਪਨ ਕੋ ਸੰਭਾਲਣਾ ਔਰ ਸਾਨੂੰ ਸੋਚਣਾ ਚਾਹੀਦਾ ਇਸ ਬਾਰੇ ਠੀਕ ਹੈ ਮੈਂ ਵਾਪਸ ਆਉਂਗਾ ਵਿਨੋਦ ਕੁਮਾਰ ਜੀ ਕੋਲ ਵਿਨੋਦ ਕੁਮਾਰ ਜੀ ਵੈਸੇ ਹਿੰਦੀ ਬੋਲਦੇ ਆ ਕੋਸ਼ਿਸ਼ ਕਰ ਰਹੇ ਵਿੱਚ ਭਾਈ ਪੰਜਾਬੀ ਬੋਲਣ ਦੀ ਉਹਨਾਂ ਦੀ ਦਾਦ ਦੇਣੀ ਪਊਗੀ ਹਾਂਜੀ ਗਰਗ ਸਾਹਿਬ ਗਰਗ ਸਾਹਿਬ ਤੁਸੀਂ ਤਾਂ ਉਸ ਪੀੜ੍ਹੀ ਦੇ ਨਾਲ ਚੰਗੀ ਤਰ੍ਹਾਂ ਵਾਹ ਵਾਸਤਾ ਰੱਖਦੇ ਹੋ ਜਿਸ ਪੀੜ੍ਹੀ ਨੇ ਦਾਦਾ ਦਾਦੀ ਨਾਨਾ ਨਾਨੀ ਦਾ ਮਹੱਤਵ ਸਮਝਿਆ ਨਾਨਕੇ ਦਾਦਕੇ ਦਾ ਮਹੱਤਵ ਸਮਝਿਆ ਹੈ ਗਰਗ ਸਾਹਿਬ ਹੁਣ ਅਸੀਂ ਦਾਦਾ ਦਾਦੀ ਨਾਨੇ ਨਾਨੀ ਨਾਲ ਉਹ ਟੁੱਟ ਗਏ ਹਾਂ ਜਾਂ ਸਾਡੇ ਕੋਲ ਵਕਤ ਨਹੀਂ ਹੈਗਾ ਇਸ ਕਰਕੇ ਅਸੀਂ ਟੁੱਟ ਗਏ ਨਹੀਂ ਇਸ ਤਰ੍ਹਾਂ ਨਹੀਂ ਹੈ ਅਸੀਂ ਸਿਸਟਮ ਦੇ ਵਿੱਚ ਦੋ ਅਸਲ 'ਚ ਪਾੜਾ ਹੋ ਗਿਆ ਸਿਸਟਮ 'ਚ ਇੱਕ ਅਜੇ ਵੀ ਦਾਦਾ ਦਾਦੀ ਨਾਨਾ ਨਾਨੀ ਨਾਲ ਥੋੜ੍ਹਾ ਬਹੁਤਾ ਜੁੜੇ ਹੋਏ ਨੇ ਇੱਕ ਬਿਲਕੁਲ ਨਹੀਂ ਜੁੜੇ ਹੋਏ ਇਹ ਦੋ ਤਰ੍ਹਾਂ ਦੇ ਬੱਚੇ ਨੇ ਅੱਜ ਸਮਾਜ 'ਚ ਪੂਰੇ 'ਚ ਤੁਸੀਂ ਦੇਖੋਗੇ ਜਿਹੜੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਨੇ ਉਹ ਬਹੁਤ ਦਲਿਤਾਂ ਦੇ ਓ ਬੀ ਸੀ ਦੇ ਗਰੀਬ ਦੂਸਰੀਆਂ ਜਾਤੀਆਂ ਦੇ ਬੱਚੇ ਨੇ ਮੈਂ ਆਪਦੇ ਪਿੰਡ ਦੇ ਸਕੂਲ 'ਚ ਜਾਂਦਾ ਰਹਿਣਾ ਦੂਜੇ ਸਕੂਲਾਂ 'ਚ ਜਾਂਦਾ ਰਹਿਣਾ ਉਹ ਬੱਚਿਆਂ ਨੂੰ ਜਦ ਛੁੱਟੀਆਂ ਹੁੰਦੀਆਂ ਨੇ ਅਜੇ ਵੀ ਉਹਨਾਂ ਨੂੰ ਆਪਣੇ ਨਾਨਕਿਆਂ ਕੋਲ ਜਾਣ ਦਾ ਆਪਣੀ ਭੂਆ ਕੋਲ ਜਾਣ ਦਾ
ਆਪਣੀਆਂ ਭੈਣਾਂ ਕੋਲ ਈਵਨ ਜਾਣ ਦਾ ਚਾਅ ਹੈਗਾ, ਚਾਏ ਚਾਹ ਹੀ ਨਹੀਂ ਕਰਦਾ ਉੱਥੇ ਜਾ ਕੇ ਖੁਸ਼ ਹੋ ਕੇ ਖੇਡ ਕੇ ਆਉਂਦੇ, ਜਿਵੇਂ ਅਸ ਜੀ ਨੇ ਕਿਹਾ ਉੱਥੋਂ ਸਿੱਖਦੇ ਵੀ ਨਹੀਂ ਕਿਉਂਕਿ ਉੱਥੇ ਹੋਰ ਤਰ੍ਹਾਂ ਦਾ ਡਿਸਪਲਿਨ ਹੈ, ਘਰ 'ਚ ਹੋਰ ਤਰ੍ਹਾਂ ਦਾ ਡਿਸਪਲਿਨ ਹੈ, ਮਾਂ ਬਾਪ 'ਤੇ ਹੋਰ ਤਰ੍ਹਾਂ ਦਾ ਰੋਹ ਪਾਇਆ ਜਾ ਸਕਦਾ, ਨਾਨਾ ਨਾਨੀ ਕੋਲ ਹੋਰ ਤਰ੍ਹਾਂ ਦਾ ਪਿਆਰ ਹੈ ਅਤੇ ਹੋਰ ਤਰ੍ਹਾਂ ਦਾ ਡਿਸਪਲਿਨ ਹੈ, ਮਾਮਾ ਮਾਮੀ ਕੋਲ ਹੋਰ ਤਰ੍ਹਾਂ ਦਾ ਡਿਸਪਲਿਨ ਹੈ। ਸੋ ਉਹ ਕਈ ਵਾਰੀ ਬੱਚੇ ਹੱਸਦੇ ਹੁੰਦੇ ਨੇ, ਮਾਮਾ ਉਹ ਮਾਮਾ ਜੀ ਉਹ ਮਾਮਾ ਜੀ, ਪਹਿਣ ਲਓ ਪਜਾਮਾ ਜੀ ਹੈ। ਸੋ ਇਸ ਤਰ੍ਹਾਂ ਦੇ ਜਿਹੜੇ ਹੈਗੇ ਨੇ, ਇਹ ਇੱਕ ਤਾਂ ਹੈਗਾ ਕਿ ਮੈਂ ਜਿਹੜੇ ਦੂਜੇ ਪਾਸੇ ਦੀ ਗੱਲ ਕਰਨਾ, ਤੁਸੀਂ ਪਾੜੇ ਦੀ ਗੱਲ ਕਰ ਰਹੇ ਹੋ, ਆਰਥਿਕ ਪਾੜੇ ਦੀ ਵੀ ਗੱਲ ਕਰ ਰਹੇ ਹੋ? ਸਾਰਾ ਪਾੜਾ ਇਹ, ਆਰਥਿਕ ਵੀ ਹੈ, ਸਮਾਜਿਕ ਵੀ ਹੈ ਅਤੇ ਪੜ੍ਹਾਈ ਦਾ ਵੀ ਹੈ, ਮਾਪਿਆਂ ਦੇ ਪੱਧਰ ਦਾ ਵੀ ਹੈ, ਇਹ ਸਾਰਾ ਸਾਰਾ ਪੇਂਡੂ ਸ਼ਹਿਰੀ ਦਾ ਵੀ ਕਾਫੀ ਸਾਰਾ ਜੀ, ਉਹ ਇੱਕ ਤਾਂ ਪਾੜਾ ਹੈ। ਦੂਜੀ ਗੱਲ, ਅਸੀਂ ਇਸ ਨੂੰ ਜਿਹੜੀ ਛੁੱਟੀਆਂ ਨੂੰ ਅਸੀਂ ਕਿਸੇ ਹੋਰ ਲੈਵਲ ਤੋਂ ਸਮਝਣ ਦੀ ਲੋੜ ਹੈ, ਸਾਈਕੋਲੋਜੀ ਦੇ ਬੱਚਿਆਂ ਦੀ, ਸਾਈਕੋਲੋਜੀ ਦੇ ਲੈਵਲ 'ਤੇ ਬੱਚਿਆਂ ਦੇ ਜਿਹੜਾ ਦਿਮਾਗ ਦਾ ਵਿਕਾਸ ਹੈ, ਜਿਵੇਂ ਬੱਚੇ ਦਾ ਜਿਹੜਾ ਦਿਮਾਗ ਹੈ 5 ਸਾਲ ਦੀ ਉਮਰ ਤੱਕ ਉਹ 90% ਡਿਵੈਲਪ ਹੋ ਜਾਂਦਾ ਹੈ, 5 ਸਾਲ ਦੀ ਉਮਰ ਤੱਕ, 5 ਸਾਲ ਦੀ ਉਮਰ ਤੱਕ, ਉਸ ਤੋਂ ਬਾਅਦ ਤਾਂ ਸਾਰਾ 10% ਹੀ ਵੱਡਾ ਹੁੰਦਾ। ਤੁਸੀਂ ਜੇ ਖੋਪੜੀ ਨੂੰ ਮਿਣ ਕੇ ਦੇਖੀ, ਆਪਾਂ ਆਲੇ ਦੁਆਲੇ ਸਰਕਮਫਰੈਂਸ ਜਿਹਨੂੰ ਆਪਾਂ ਕਹਿੰਦੇ ਹਾਂ ਪ੍ਰਿਧੀ ਪੰਜਾਬੀ 'ਚ, ਆਲੇ ਦੁਆਲੇ 'ਚ ਘੇਰਾ ਜਿਹੜਾ ਇਹਦਾ, ਉਹ 5 ਸਾਲ ਦੀ ਉਮਰ ਤੱਕ ਤਕਰੀਬਨ 49.5 ਸੈਂਟੀਮੀਟਰ ਹੋ ਜਾਂਦਾ, ਉਸ ਤੋਂ ਬਾਅਦ ਬਸ ਹੁਣ ਉਸ ਤੋਂ 5 ਸਾਲ ਦੀ ਉਮਰ ਤੱਕ 90% ਡਿਵੈਲਪ ਹੋ ਜਾਂਦਾ, ਉਸ ਤੋਂ ਬਾਅਦ ਡਿਵੈਲਪ ਜਿਹੜਾ ਹੁੰਦਾ 10%, ਹਾਂ ਉਹ ਕਿੰਨੇ ਸਾਲ ਤੱਕ ਹੁੰਦਾ? ਉਹ ਤਾਂ ਥੋੜ੍ਹਾ ਮਤਲਬ ਕਹਿ ਲਓ 25-30 ਸਾਲ ਤੱਕ, ਯਾਨੀ ਕਿ ਹੁਣ ਮਾਪਿਆਂ ਨੂੰ ਤਾਂ ਕੁਛ ਨਹੀਂ ਸਿਖਾ ਸਕਦੇ ਨਾ ਫਿਰ? ਨਹੀਂ, ਉਹ ਤਾਂ ਉਹਦਾ ਫਿਜ਼ੀਕਲ ਹਿੱਸਾ ਡਿਵੈਲਪ ਹੋ ਰਿਹਾ, ਜਿਵੇਂ ਕੋਈ ਘਰ ਬਣਾ ਰਿਹਾ, ਪਰ ਘਰ ਨੂੰ ਸਜਾਉਣਾ, ਉਹ 'ਚ ਕੀ ਸਮਾਨ ਰੱਖਣਾ, ਉਸ ਦਿਮਾਗ 'ਚ ਪਾਉਣਾ ਕੀ ਹੈ ਅੱਗੇ, ਉਹ ਦਿਮਾਗ 'ਚ ਪਾਉਣ ਦੀ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਨ ਦੇਵਾਂਗਾ ਕਿ ਇਹ ਛੁੱਟੀਆਂ ਇਸ ਵਾਸਤੇ ਨਹੀਂ ਸੀਗੀਆਂ ਵੀ ਕਿੰਨੀਆਂ ਗਰਮੀਆਂ ਨੇ, ਕੱਢੀ ਸਾਡੀ ਅਰਥਚਾਰੇ, ਛੁੱਟੀਆਂ ਇੱਕ ਜੀਵਨ 'ਚ ਮਨੋਟਨੀ ਨੂੰ ਤੋੜਦੀਆਂ ਨੇ, ਵੀ ਤੁਸੀਂ ਇੱਕੋ ਪਾਸੇ ਲੱਗੇ ਰਹੋ, ਇੱਕੋ ਜਿਹੇ ਕੰਮ ਕਰਦੇ ਰਹੋ, ਥੋੜ੍ਹਾ ਜੀ ਅੱਕ ਜਾਂਦਾ ਰੀਫਰੈਸ਼ ਹੋਣ ਲਈ। ਇਹ ਛੁੱਟੀਆਂ ਬੰਦੇ ਨੂੰ ਇੱਕ ਪਾਸੋਂ ਤੋੜ ਕੇ ਦੂਜੇ, ਚਾਹੇ ਉਹ ਭਾਵੇਂ ਤੁਸੀਂ ਗੱਲ ਕਰੀਏ ਹੁਣ ਜੇ ਉਹ ਜਾ ਕੇ ਦਿਹਾੜੀ ਵੀ ਲੈਂਦਾ, ਮਾਪਿਆਂ ਦੀ ਵੀ ਸਹਾਇਤਾ ਕਰਦਾ, ਤਾਂ ਵੀ ਮੈਨੂੰ ਨਹੀਂ ਸਮਝ ਆਉਂਦੀ, ਖੇਡਦਾ, ਮਾਪਿਆਂ ਦੀ ਸਹਾਇਤਾ ਕਰਦਾ, ਨਾਨਕੇ ਜਾਂਦਾ, ਘਰ 'ਚ ਸਹਾਇਤਾ ਕਰਦੇ, ਕੁੜੀਆਂ ਰੋਟੀ, ਕੋਈ ਕਿਸੇ ਨੇ ਚਾਦਰ ਕੱਢੀ, ਇਹ ਸਾਰਾ ਉਸਦਾ ਇੱਕ ਬਦਲਾਅ ਹੁੰਦਾ ਜਿਹੜਾ ਰੂਟੀਨ ਪੜ੍ਹਾਈ ਦੇ ਬੋਝ ਨਾਲ। ਮੈਨੂੰ ਥੋੜ੍ਹੀ ਛੁੱਟੀ ਦੇ ਦਿਓ, ਨਵਾਂ ਕੰਮ ਕਰ, ਤੁਹਾਡੀ ਗੱਲ ਪੂਰੀ ਹੋ ਗਈ, ਮੈਨੂੰ ਥੋੜ੍ਹੀ ਛੁੱਟੀ ਦੇ, ਇੱਕ ਥੋੜ੍ਹੀ ਛੁੱਟੀ ਲੈਂਦੇ ਹਾਂ, ਫਿਰ ਛੁੱਟੀ ਤੋਂ ਵਾਪਸ ਆਉਂਦੇ ਹਾਂ, ਛੁੱਟੀ ਲੰਬੀ ਨਹੀਂ ਹੈਗੀ, ਜਲਦੀ ਵਾਪਸ ਆਵਾਂਗੇ, ਸਵਾਲ ਇਹ ਪੁੱਛਾਂਗੇ ਕਿਉਂ ਹੁੰਦੀਆਂ ਨੇ ਸਕੂਲਾਂ ਵਿੱਚ ਬੱਚਿਆਂ ਨੂੰ ਛੁੱਟੀਆਂ, ਬ੍ਰੇਕ ਤੋਂ ਵਾਪਸ ਆ ਰਹੇ। ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਬੱਚਿਆਂ ਲਈ ਸਕੂਲਾਂ 'ਚ ਗਰਮੀਆਂ ਦੀ ਛੁੱਟੀਆਂ ਦੇ ਮਾਇਨੇ ਕਿਵੇਂ ਬਦਲ ਗਏ? ਡਾਕਟਰ ਕਰਕੇ ਆਪਣੀ ਗੱਲ ਤੁਸੀਂ ਪੂਰੀ ਕਰ ਲਓ। ਮੈਂ ਬਸ ਛੋਟੀ ਜਿਹੀ ਗੱਲ ਕਹਿਣੀ ਹੈ, ਮੈਨੂੰ ਵੀ ਛੁੱਟੀਆਂ ਤੁਸੀਂ ਕੀ ਕਰਨਾ, ਵੀ ਹੁਣ ਵੀ ਬੜਾ ਸਾਰਾ ਉਹਨੂੰ ਕੰਮ ਦੱਸ ਦਿੰਦੇ ਨੇ ਬੱਚੇ ਨੂੰ, ਵੀ ਤੂੰ ਇੰਨੇ ਸਫ਼ੇ ਲਿਖਣੇ, ਇੰਨੇ ਇੰਨੇ ਹਿਸਾਬ ਕਰਨਾ, ਫਲਾਣਾ ਕਰਨਾ, ਵਿਚਾਰਾ ਉਸ 'ਚ ਰੁੱਝ ਜਾਂਦਾ, ਦੂਜਿਆਂ ਨੇ ਸਮਰ ਕਰਨਾ ਸ਼ੁਰੂ ਕਰਤੇ। ਹੈਂ, ਉਹ ਮਾਪਿਆਂ ਦੀ ਗੱਲ ਠੀਕ ਆ ਵੀ ਮਾਪੇ ਵਿਹਲੇ ਨੂੰ ਕਹਿੰਦੇ ਚੱਲ ਬੱਚਾ ਇੱਧਰ ਹੀ ਖੇਡੀ ਜਾਂਦਾ। ਮੈਨੂੰ ਇੱਕ ਹੈਡਮਾਸਟਰ ਦਾ ਫੋਨ ਆਇਆ, ਉਹ ਕਹਿਣ ਲੱਗੇ ਛੁੱਟੀਆਂ ਤੋਂ ਬਾਅਦ, ਕਹਿੰਦਾ ਸਰ ਮੈਂ ਅੱਜ ਬੜਾ ਤੰਗ ਹਾਂ, ਦੁਖੀ ਹਾਂ। ਮੈਂ ਕਿਉਂ? ਕਹਿੰਦਾ ਜੀ ਮੈਂ 12 ਪ੍ਰੋਜੈਕਟਾਂ ਦੱਸੀਆਂ ਸੀ ਸਾਇੰਸ ਦੀਆਂ, ਇੱਕ ਬੱਚੇ ਨੇ ਅੱਧੀ ਜੀ ਕਰੀ ਹੈ, ਇੱਕ ਨੇ ਪੌਣੀ ਜੀ ਕਰੀ ਆ, ਬਾਕੀ ਕਰੀ ਕਿਸੇ ਨੇ ਨਹੀਂ। ਮੈਂ ਅੱਛਾ, 12 ਪ੍ਰੋਜੈਕਟਾਂ ਦੱਸੀਆਂ ਸੀ ਬਸ ਜੀ, ਤੁਸੀਂ ਸਾਇੰਸ ਦਾ ਹੋਰ ਵੀ ਕੰਮ ਦੱਸਣਾ? ਕਹਿੰਦੇ ਹਾਂਜੀ। ਮੈਂ ਹਿਸਾਬ ਵਾਲੇ ਨਹੀਂ ਦੱਸਣਾ? ਕਹਿੰਦਾ ਹਾਂਜੀ। ਮੈਂ ਪੰਜਾਬੀ ਹਿੰਦੀ ਵਾਲੇ ਨੇ? ਕਹਿੰਦਾ ਹਾਂਜੀ। ਅੰਗਰੇਜ਼ੀ ਵਾਲੇ ਨੇ? ਕਹਿੰਦਾ ਹਾਂਜੀ। ਮੈਂ ਕਿਹਾ ਤੁਸੀਂ ਕਿੰਨੀਆਂ ਕਿਤਾਬਾਂ ਪੜ੍ਹੀਆਂ ਛੁੱਟੀਆਂ 'ਚ? ਕਹਿੰਦਾ ਮੈਂ ਤਾਂ ਕੋਈ ਨਹੀਂ ਪੜ੍ਹੀ। ਮੈਂ ਕਿਹਾ ਫਿਰ ਤੁਹਾਨੂੰ ਛੁੱਟੀਆਂ ਨੇ, ਤੁਸੀਂ ਕੋਈ ਕਿਤਾਬ ਨਹੀਂ ਪੜ੍ਹਨੀ, ਤੁਸੀਂ ਘੁੰਮਣ ਜਾਣਾ ਹੈ, ਅਤੇ ਉਹ ਬੱਚੇ ਨੂੰ ਕੋਈ ਛੁੱਟੀਆਂ ਨਹੀਂ, ਬੱਚੇ ਨੂੰ ਤੁਸੀਂ ਗਧਾ ਬਣਾ ਤਾ ਉੱਥੇ ਲੱਦ ਕੇ। ਮੈਨੂੰ ਕਹਿੰਦਾ ਜੀ ਕੀ ਕਰੀਏ? ਮੈਂ ਕਿਹਾ ਉਹਨਾਂ ਕੋਲ ਕੋਈ ਨਹੀਂ ਬੇਟਾ, ਠੀਕ ਆ ਲਓ ਹੁਣ ਕਰ ਲਓ ਜਿਹੜਾ ਕਰਨਾ। ਔਰ ਅੱਜ ਉਹਦੇ ਬੱਚੇ 10 ਸਾਲ ਤੋਂ ਉਹ ਲਗਾਤਾਰ ਇਸੇ ਪਾਸੇ ਤੁਰ ਪਿਆ, ਹੁਣ ਉਹ ਬੜਾ ਖੁਸ਼ ਹੁੰਦਾ, ਉਹਦਾ ਰਿਜ਼ਲਟ ਵੀ ਬੱਚਿਆਂ ਦੇ ਚੰਗੇ ਹੁੰਦੇ ਨੇ। ਮੈਂ ਕਿਹਾ ਬੱਚੇ ਨੂੰ ਤੁਸੀਂ ਕੰਪੇਅਰ ਕਿਉਂ ਕਰ ਦਿਓ ਵੀ ਆਹੀ ਕਰ, ਉਹਨੂੰ ਜਿੰਨਾ ਕਰਜ਼ਾ ਕਰਨ ਦਿਓ, ਛੁੱਟੀਆਂ 'ਚ ਇੰਨਾ ਭਾਰ ਨਹੀਂ ਲੱਦਣਾ, ਛੁੱਟੀਆਂ 'ਚ ਉਹਨੂੰ ਇੰਜੋਏ ਕਰਨ ਦਾ। ਵਾਲੇ ਸਾਹਿਬ ਜੀ, ਛੁੱਟੀਆਂ 'ਚ ਬੱਚਿਆਂ ਨੂੰ ਕੰਮ ਤਾਂ ਤੁਸੀਂ ਬਹੁਤ ਦਿੰਦੇ ਹੋ। ਦੇਖੋ ਜੀ, ਕੰਮ ਦਾ ਤਾਂ ਇੱਕ ਐਸਾ ਰਿਵਾਜ਼ ਚੱਲ ਗਿਆ, ਜੇ ਨਾ ਦਿਓ ਤਾਂ ਪੇਰੈਂਟਸ ਆ ਕੇ ਕਹਿੰਦੇ ਜੀ ਇਹ ਸਾਡਾ ਸਿਰ ਖਾਣ ਲਈ 40 ਦਿਨ ਦੀ ਛੁੱਟੀਆਂ ਕਿਉਂ ਕੀਤੀਆਂ? ਇੱਕ ਤਾਂ ਛੁੱਟੀ ਘੱਟ ਕਰੋ, ਔਰ ਇੱਕ ਥੋੜ੍ਹਾ ਬਹੁਤ ਕ੍ਰੀਏਟਿਵ ਇਹਨਾਂ ਨੂੰ ਕੰਮ ਜ਼ਰੂਰ ਦਿਆ ਕਰੋ। ਕਲਾਸ ਵਰਕ ਬਿਲਕੁਲ ਅਸੀਂ ਉਹਨੂੰ ਐਜ਼ ਆ ਪ੍ਰੋਜੈਕਟ ਦੇ ਦਿੰਦੇ। ਜੇ ਤੁਸੀਂ ਗਏ ਹੋ ਘੁੰਮਣ, ਮੰਨ ਲਓ ਕੋਈ ਮੰਦਿਰ ਜਾਂ ਗੁਰਦੁਆਰਾ ਹੀ ਗਏ ਹੋ ਜਾਂ ਗੁਰਦੁਆਰਾ ਸਾਹਿਬ ਜਾਏ ਜਾਂ ਤੁਸੀਂ ਕਿਸੇ ਸ਼ਹਿਰ ਦੀ ਇਤਿਹਾਸਿਕ ਬਿਲਡਿੰਗ ਦੇਖੀ ਹੈ, ਉਹਦੀ ਫੋਟੋ ਲੈ ਕੇ ਉਹਦੇ ਬਾਰੇ 250 ਵਰਡ ਲਿਖ ਕੇ ਲੈ ਕੇ ਆਓ। ਔਰ ਜੇ ਲਿਖ ਕੇ ਲਿਆਉਣਗੇ ਬਹੁਤ ਅੱਛਾ, ਜੇ ਨਹੀਂ ਲਿਆਉਣਗੇ ਜਿੱਦਾਂ ਕਿਹਾ ਡਾਕਟਰ ਸਾਹਿਬ ਨੇ ਕਿ ਤਾਂ ਉਹਨੂੰ ਓਵਰਲੁੱਕ ਕਰ ਦਿਓ, ਬਟ ਲੈਟ ਇਟ ਬੀ ਨੋਟ ਯਰ ਪਨਿਸ਼ਮੈਂਟ ਟੂ ਦੀ ਚਾਈਲਡ। ਤੋ ਪਨਿਸ਼ਮੈਂਟ ਵਾਲਾ ਜਿਹੜਾ ਇਨਵਾਇਰਮੈਂਟ ਹੈ ਉਹ ਇੱਕ ਗਲਤ ਹੈਗਾ। ਇਹ ਟੀਚਰ ਨੂੰ ਵੀ ਇੰਸਟਰਕਸ਼ਨ ਦਿੱਤੀ ਜਾਂਦੀ ਹੈ ਕਿ ਬੱਚਿਆਂ ਨੂੰ ਕੰਮ ਦਿਓ ਜਿੱਥੇ ਪੇਰੈਂਟਸ ਚਾਹੁੰਦੇ ਹੈ। ਬਹੁਤੇ ਬੱਚੇ ਪਤਾ ਕੀ ਕਹਿਣਗੇ, ਅਗਰ ਕੰਮ ਨਹੀਂ, ਬਹੁਤੇ ਬੱਚੇ ਪਤਾ ਕਹਿਣਗੇ ਵਾਲੇ ਸਾਹਿਬ ਜਿਹੜੇ ਚਰਚਾ ਦੇਖਦੇ ਹੋਣਗੇ, ਹਾਂਜੀ ਉਹ ਕਹਿਣਗੇ ਇੱਥੇ ਬਹਿ ਕੇ ਬੜੀਆਂ ਸੋਹਣੀਆਂ ਸੋਹਣੀਆਂ ਗੱਲਾਂ ਕਰਦੇ ਪਏ ਸਾਰੇ। ਸੱਚੀ ਠੀਕ ਕਹਿੰਦੇ ਹੋ ਤੁਸੀਂ, ਕਿਉਂਕਿ ਇਹ
ਤੇ ਕਈ ਇਹ ਕਹਿੰਦੇ ਜੀ ਅਸੀਂ ਤਾਂ ਜੋਬ ਕਰਦੇ ਸਾਰਾ ਦਿਨ ਦਿਮਾਗ ਖਾਂਦਾ ਦਾਦਾ ਕੁਛ ਕੰਮ ਤਾਂ ਦਿਓ ਇਹਨੂੰ ਤਾਂ ਕਿ ਕੁਛ ਕਰਕੇ ਲੈ ਕੇ ਆਏ ਤਾਂ ਅਸੀਂ ਉਹਨੂੰ ਇੱਕ ਆਪਸ਼ਨਲ ਵਰਕ ਦੇ ਤੌਰ ਦੇ ਉੱਤੇ ਛੁੱਟੀਆਂ 'ਚ ਬਿਜ਼ੀ ਰੱਖਣਾ ਹੀ ਮੋਟਿਵ ਬਣ ਗਿਆ ਇਹ ਪ੍ਰੋਜੈਕਟ ਵਰਕ ਕਾਇੰਡ ਆਫ ਚੀਜ਼ਾਂ ਹੋ ਗਈਆਂ ਪਰ ਮੈਂ ਉਸ ਚੀਜ਼ ਦੇ ਅਗੇਂਸਟ ਹਾਂ ਕਿ ਜਿਹੜੇ ਬੱਚੇ ਬਾਹਰ ਮਾਰਕੀਟ ਜਾਂਦੇ ਆ ਨੈੱਟ ਤੋਂ ਚੀਜ਼ਾਂ ਕੱਢਦੇ ਹੈ ਜਾਂ ਕਿਸੇ ਪ੍ਰੋਫੈਸ਼ਨਲ ਤੋਂ ਪ੍ਰੋਜੈਕਟ ਬਣਵਾ ਕੇ ਲੈ ਕੇ ਆਉਂਦੇ ਹੈ ਉਹ ਜਿਹੜੀ ਚੀਜ਼ ਹੈ ਉਹ ਪੇਰੈਂਟਸ ਪੈਸੇ ਵੀ ਲਗਾਉਂਦੇ ਹੈ ਔਰ ਇੱਕ ਕਮਰਸ਼ੀਅਲਾਈਜੇਸ਼ਨ ਵੀ ਹੋ ਰਿਹਾ ਉਹਦਾ ਠੀਕ ਉਹ ਨਹੀਂ ਹੋਣਾ ਚਾਹੀਦਾ ਉਹ ਨਹੀਂ ਹੋਣਾ ਚਾਹੀਦਾ ਵਿਨੋਦ ਕੁਮਾਰ ਜੀ ਜੀ ਛੁੱਟੀਆਂ ਕਿਵੇਂ ਮਨਾਉਣੀਆਂ ਚਾਹੀਦੀਆਂ ਬੱਚਿਆਂ ਨੂੰ ਔਰ ਸਭਸੇ ਜ਼ਰੂਰੀ ਹੈ ਨੇਚਰ ਕੇ ਸਾਥ ਮੈਂ ਸਮੇਂ ਬਿਤਾਏ ਜ਼ਿਆਦਾਤਰ ਬੱਚੋਂ ਕੋ ਯਹੀ ਨਹੀਂ ਪਤਾ ਹੈ ਕਿ ਉਨ੍ਹਾਂ ਕਾ ਦੂਧ ਕਹਾਂ ਸੇ ਆਤਾ ਹੈ ਖਾਣਾ ਕਹਾਂ ਸੇ ਆਤਾ ਹੈ ਗੇਹੂੰ ਕਹਾਂ ਸੇ ਆਤਾ ਹੈ ਜੋ ਰੋਟੀਆਂ ਉਹ ਖਾ ਰਹੇ ਹੈ ਉਹ ਕਹਾਂ ਸੇ ਕਿਸ ਖੇਤ ਮੇਂ ਉਗਤੀ ਹੋਂਗੀ ਉਹ ਪੰਛੀਓਂ ਕੇ ਨਾਮ ਨਹੀਂ ਜਾਣਤੇ ਹੈ ਬਹੁਤ ਸਾਰੇ ਪਸ਼ੂਓਂ ਕੋ ਉਨ੍ਹਾਂ ਕਿਤਾਬੋਂ ਮੇਂ ਦੇਖਾ ਹੋਤਾ ਹੈ ਕਿਉਂ ਨਹੀਂ ਵੋ ਆਸ ਪਾਸ ਕੇ ਨੇਚਰ ਕੋ ਐਕਸਪਲੋਰ ਕਰੇ ਉਹਨਾਂ ਨੂੰ ਚਾਹੀਦਾ ਕਿ ਉਹ ਜਾਣ ਖੇਤਾਂ 'ਚ ਔਰ ਉੱਥੇ ਰੁੱਖਾਂ ਦੀ ਸਟੱਡੀ ਕਰੇ ਕੁਛ ਇੱਕ ਫੋਰਮਲ ਤਰੀਕੇ ਸੇ ਨਹੀਂ ਹੋਣੀ ਚਾਹੀਦੀ ਉਨਕੋ ਖੁਲਾ ਛੋੜ ਦੋ ਕਿ ਆਪਕੋ ਜੋ ਕਰਨਾ ਹੈ ਕਰੋ ਔਰ ਸਭਸੇ ਅੱਛਾ ਤਰੀਕਾ ਯਹੀ ਹੈ ਕਿ ਉਸਕੇ ਜੋ ਰੀਅਲ ਪੋਟੈਂਸ਼ੀਅਲ ਹੈ ਜੋ ਰੀਅਲ ਟੈਲੈਂਟ ਹੈ ਉਸਕੇ ਬੱਚੇ ਕੋ ਸਰਚ ਕਰਨੇ ਕੇ ਲੀਏ ਉਸਕੋ ਆਪਕੋ ਖੁਲਾ ਛੋੜਨਾ ਪੜੇਗਾ ਅਗਰ ਆਪਨੇ ਉਸਕੋ ਕੋਰੀਓਗ੍ਰਾਫ ਕਰ ਦਿਆ ਕਿ ਨਹੀਂ ਇਹ 10 ਕੋਰਸ ਕਰਨਾ ਹੈ ਇਸ ਤਰੀਕੇ ਕਾ ਪ੍ਰੋਗਰਾਮ ਮੇਂ ਜਾਣਾ ਇਸ ਤਰੀਕੇ ਕੇ ਪ੍ਰੋਜੈਕਟ ਮੇਂ ਜਾਣਾ ਹੈ ਤਬ ਵੋ ਕੁਛ ਵੀ ਨਹੀਂ ਸਿੱਖਣੇ ਕੀ ਕੋਸ਼ਿਸ਼ ਮੇਂ ਲਗਾ ਰਹੇਗਾ ਵੋ ਚਾਹੇਗਾ ਕਿ ਕਿਸੀ ਨਾ ਕਿਸੀ ਤਰੀਕੇ ਸੇ ਇਸ ਫੋਰਮੈਲਿਟੀ ਕੋ ਬਾਈਪਾਸ ਕੀਆ ਜਾਏ ਤੋ ਸਭਸੇ ਅੱਛਾ ਤਰੀਕਾ ਹੈ ਪ੍ਰਕਿਰਤੀ ਕੇ ਸਾਥ ਮੇਂ ਟਾਈਮ ਬਿਤਾਏ ਮਾਂ ਬਾਪ ਉਨਕੇ ਉੱਪਰ ਦਬਾਅ ਨਾ ਬਣਾਏ ਰੂਟੀਨ ਵਰਕ ਸੇ ਉਨਕੋ ਛੁੱਟੀ ਦਿਆ ਜਾਏ ਔਰ ਨੰਬਰ ਕਾ ਕਿਤਨਾ ਨੰਬਰ ਲੈ ਕੇ ਆ ਰਿਹਾ ਹੈ ਬੱਚਾ ਕਲਾਸ ਮੇਂ ਉਸਸੇ ਉਸਕੇ ਸਿੱਖਣੇ ਕਾ ਕੋਈ ਸੰਬੰਧ ਨਹੀਂ ਹੈ ਤੋ ਬੱਚੇ ਕੋ ਜਿਤਨਾ ਜ਼ਿਆਦਾ ਹਮ ਹਿਊਮਨ ਟੱਚ ਦੇਂਗੇ ਟੈਕਨੋਲੋਜੀ ਸੇ ਬਚਪਨ ਮੇਂ ਥੋੜ੍ਹਾ ਦੂਰ ਰੱਖੇਂਗੇ ਨਹੀਂ ਛੁੱਟੀਆਂ 'ਚ ਪਹਾੜਾਂ 'ਤੇ ਜਾਣਾ ਜ਼ਰੂਰੀ ਹੈ ਨਹੀਂ ਬਿਲਕੁਲ ਜ਼ਰੂਰੀ ਨਹੀਂ ਆਪ ਆਪਣਾ ਆਸ ਪਾਸ ਕੋ ਐਕਸਪਲੋਰ ਕੀਜੀਏ ਆਪਣੇ ਆਸ ਪਾਸ ਕੋ ਦੇਖੀਏ ਵਹਾਂ ਪੇ ਦੁਨੀਆ ਭਰ ਕੀ ਚੀਜ਼ੇ ਹੈ ਬਸ ਅਰਥ ਕਿ ਹਮ ਆਂਖੇ ਖੋਲ ਕੇ ਦੇਖੇ ਜੈਸੇ ਮੈਂ ਯੂਨੀਵਰਸਿਟੀ ਮੇਂ ਰਹਿਤਾ ਹੂੰ ਮੇਰੀ 4 ਸਾਲ ਕੀ ਬੇਟੀ ਹੈ ਸਟੇਡੀਅਮ ਕੇ ਅੰਦਰ ਪਾਣੀ ਲਗਾ ਹੁਆ ਥਾ ਵੋ ਬੋਲ ਰਹੀ ਹੈ ਕਿ ਮੈਂ ਇਸ ਮੇਂ ਖੇਲੂੰ ਮੈਨੇ ਉਸਕੋ ਪੂਰਾ ਛੋੜ ਦਿਆ ਜੈਸੇ ਲੋਟ ਮਾਰਨਾ ਹੈ ਲੋਟੀਏ ਖੇਲੀਏ ਛਪਾਕ ਕੀਜੀਏ ਔਰ ਉਸਨੇ ਕਿਹਾ ਕਿ ਇਸਸੇ ਅੱਛਾ ਕੁਛ ਹੋ ਹੀ ਨਹੀਂ ਸਕਦਾ ਹੈ ਠੀਕ ਹੈ ਆਸ਼ਾ ਮੈਂ ਆਰੇ ਗਰਗ ਸਾਹਿਬ ਆ ਰਿਹਾ ਤੁਹਾਡੇ ਕੋਲ ਆਸ਼ਾ ਤੁਸੀਂ ਤਾਂ ਬੜਾ ਸਾਹਿਤ ਲਿਖਿਆ ਹੈਗਾ ਬੱਚਿਆਂ ਦੇ ਮਨ ਨੂੰ ਕਿਵੇਂ ਪੜ੍ਹਦੇ ਹੋ ਤੁਸੀਂ ਮੈਂ ਸਮਝਦਾ ਕਿ ਜਦੋਂ ਅਸੀਂ ਬੱਚਿਆਂ ਵਾਸਤੇ ਲਿਖਣਾ ਹੈ ਤਾਂ ਨੰਬਰ ਇੱਕ 'ਤੇ ਅਸੀਂ ਉਹਦੀ ਮਾਨਸਿਕਤਾ ਨੂੰ ਸਮਝਣਾ ਹੁੰਦਾ ਹੈ ਕਿ ਮੰਨ ਲਓ 5 ਤੋਂ ਲੈ ਕੇ 8 ਸਾਲ ਦਾ ਬੱਚਾ ਹੈ ਉਸ ਲਈ ਕਿਸ ਤਰ੍ਹਾਂ ਦੀ ਭਾਸ਼ਾ ਵਰਤੀ ਜਾਣੀ ਚਾਹੀਦੀ ਹੈ ਕਿਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਜਾਣੀ ਚਾਹੀਦੀ ਹੈ ਔਰ ਕਿਸ ਤਰ੍ਹਾਂ ਦੇ ਜਿਹੜੇ ਵਿਸ਼ਾ ਵਸਤੂ ਹੈ ਉਹ ਬੱਚੇ ਵਾਸਤੇ ਲਿਆ ਜਾਣਾ ਚਾਹੀਦਾ ਹੈ ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਸਾਡੇ ਜਿਹੜੇ ਸਾਹਿਤਕਾਰ ਨੇ ਜਦੋਂ ਬੱਚਿਆਂ ਵਾਸਤੇ ਲਿਖਦੇ ਨੇ ਤਾਂ ਬੜੇ ਔਖੇ ਔਖੇ ਭਾਰੇ ਭਾਰੇ ਜਿਹੜੇ ਸ਼ਬਦ ਨੇ ਉਹਦਾ ਇਸਤੇਮਾਲ ਕਰਦੇ ਨੇ ਮਿਸਾਲ ਦੇ ਤੌਰ 'ਤੇ ਇੱਕ ਕਹਾਣੀ ਮੈਂ ਪੜ੍ਹ ਰਿਹਾ ਅਤੇ ਉਹਦੇ ਹੈ ਤਾਂ ਬੱਚਿਆਂ ਵਾਸਤੇ ਸੀ ਉਹਦੇ ਵਿੱਚ ਇੱਕ ਲਫ਼ਜ਼ ਆਇਆ ਨਾ ਕਾਬਲੇ ਫਰਾਮੋਸ਼ ਇਹ ਉਰਦੂ ਜ਼ੁਬਾਨ ਦਾ ਸ਼ਬਦ ਹੈ ਜਿਹੜਾ ਮੈਂ ਸਮਝਦਾ ਕਿ ਵੱਡਿਆਂ ਨੂੰ ਨਹੀਂ ਇਸਦੇ ਮੀਨਿੰਗ ਪਤਾ ਅਤੇ ਬੱਚਿਆਂ ਨੂੰ ਉਸਦੇ ਕੀ ਪਤਾ ਹੋਣਗੇ ਮੀਨਿੰਗ ਜਦੋਂ ਵੀ ਅਸੀਂ ਬੱਚਿਆਂ ਦੇ ਸਹਿਤ ਦੇ ਹਵਾਲੇ ਨਾਲ ਬੱਚਿਆਂ ਦੀ ਗੱਲ ਕਰਦੇ ਹਾਂ ਤਾਂ ਮੈਨੂੰ ਕਈ ਵਾਰ ਸਾਡੇ ਆਪਣੇ ਲੇਖਕਾਂ ਦੇ ਉੱਪਰ ਵੀ ਥੋੜ੍ਹਾ ਜਿਹਾ ਕਈ ਵਾਰ ਮੈਨੂੰ ਸ਼ਿਕਾਇਤ ਹੁੰਦੀ ਹੈ ਕਿ ਜਦ ਤੱਕ ਅਸੀਂ ਬੱਚੇ ਦੀ ਭਾਸ਼ਾ ਬੱਚੇ ਦੀ ਮਾਨਸਿਕਤਾ ਨੂੰ ਨਹੀਂ ਸਮਝਦੇ ਅਸੀਂ ਤਦ ਤੱਕ ਬੱਚਿਆਂ ਦੇ ਹਾਣ ਦਾ ਸਹਿਤ ਨਹੀਂ ਰੱਖ ਸਕਦੇ ਆਸ਼ਾ ਮੁੰਦਲੀ ਬੱਚਾ ਬਣਨਾ ਪੈਂਦਾ ਜੀ ਜੀ ਬਿਲਕੁਲ ਬੱਚਾ ਬਣਨਾ ਪੈਂਦਾ ਔਰ ਮੈਨੂੰ ਨਿਜ਼ਾ ਫਾਜ਼ਲੀ ਦਾ ਰਾਜੇਸ਼ ਰੈਡੀ ਦਾ ਸ਼ੇਅਰ ਯਾਦ ਆ ਰਿਹਾ ਹੈ ਕਿ ਮੇਰੇ ਦਿਲ ਕੇ ਕਿਸੀ ਕੋਨੇ ਮੇਂ ਇੱਕ ਮਾਸੂਮ ਸਾ ਬੱਚਾ ਬੜੋਂ ਕੀ ਦੇਖ ਕਰ ਦੁਨੀਆ ਬੜਾ ਹੋਣੇ ਸੇ ਡਰਤਾ ਹੈ ਔਰ ਜਦੋਂ ਅਸੀਂ ਇਸ ਤਰ੍ਹਾਂ ਦੀ ਗੱਲ ਕਰਦੇ ਹਾਂ ਕਿ ਵੱਡੇ ਸਾਡੇ ਲਈ ਕਿਸ ਤਰ੍ਹਾਂ ਦਾ ਜਿਹੜਾ ਸਮਾਜ ਸਿਰਜ ਰਹੇ ਨੇ ਸਾਡੇ ਵਾਸਤੇ ਇਹਦੇ ਨਾਲੋਂ ਤਾਂ ਅਸੀਂ ਬੱਚੇ ਹੀ ਰਹਿਣਾ ਪਸੰਦ ਕਰਾਂਗੇ ਵੱਡੇ ਨਹੀਂ ਅਸੀਂ ਬਣਨਾ ਚਾਹਾਂਗੇ ਔਰ ਜਦੋਂ ਅਸੀਂ ਬੱਚਿਆਂ ਦੇ ਸਿਹਤ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਮੈਂ ਸਮਝਦਾ ਕਿ ਜਿਹੜੀਆਂ ਸਾਡੀਆਂ ਛੁੱਟੀਆਂ ਨੇ ਇਹਦੇ ਵਿੱਚ ਬੱਚਿਆਂ ਨੂੰ ਕ੍ਰੀਏਟਿਵ ਕੰਮ ਹੈ ਜਿਹੜਾ ਉਹ ਦਿੱਤਾ ਜਾਣਾ ਚਾਹੀਦਾ ਜਿਹੜੀਆਂ ਸਾਡੇ ਸਕੂਲਾਂ ਦੇ ਵਿੱਚ ਕਿਸੇ ਵੇਲੇ ਬਾਲ ਸਭਾਵਾਂ ਲੱਗਦੀਆਂ ਸੀ ਸ਼ਨੀਵਾਰ ਨੂੰ ਔਰ ਉਹ ਬਾਲ ਸਭਾਵਾਂ ਜਿਹੜੀਆਂ ਸੀ ਬੱਚੇ ਦੇ ਮਨ ਦੀ ਜਿਹੜੀ ਸਿਰਜਣਾਤਮਕਤਾ ਹੈ ਜੋ ਉਹਦੇ ਮਨ ਦੇ ਵਿੱਚ ਛੁਪੀ ਹੋਈ ਸਿਰਜਣਾਤਮਕਤਾ ਹੈ ਕਲਾਤਮਕਤਾ ਹੈ ਉਹਨੂੰ ਬਾਹਰ ਕੱਢਣ ਦਾ ਬੜਾ ਖੂਬਸੂਰਤ ਮੌਕਾ ਦਿੰਦੀਆਂ ਸਨ ਲੇਕਿਨ ਅੱਜ ਬਾਲ ਸਭਾਵਾਂ ਨੇ ਜਿਹੜੀਆਂ ਉਹ ਸਕੂਲਾਂ ਦੇ ਵਿੱਚ ਬਿਲਕੁਲ ਬੰਦ ਹੋ ਚੁੱਕੀਆਂ ਨੇ ਔਰ ਮੈਂ ਸਮਝਦਾ ਕਿ ਇਹ ਜਿਹੜੀਆਂ ਛੁੱਟੀਆਂ ਨੇ ਬੱਚਿਆਂ ਨੂੰ ਵੱਧ ਤੋਂ ਵੱਧ ਕ੍ਰੀਏਟਿਵ ਕੰਮ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਮਿਸਾਲ ਦੇ ਤੌਰ 'ਤੇ ਅਸੀਂ ਜਿਹੜੇ ਕੁਛ ਬੱਚੇ ਨੇ ਉਹਨਾਂ ਨੂੰ ਕਹੀਏ ਕਿ ਲਓ ਜੋ ਤੁਹਾਡੇ ਮਨ ਦੇ ਵਿੱਚ ਆਉਂਦਾ ਆਪਣੀ ਕੋਈ ਖੂਬਸੂਰਤ ਕਹਾਣੀ ਲਿਖ ਕੇ ਦਿਖਾਓ ਤੁਸੀਂ ਆਪਣੀ ਕੋਈ ਕਵਿਤਾ ਲਿਖੋ ਕੋਈ ਤੁਸੀਂ ਆਪਣਾ ਨਾਟਕ ਲਿਖੋ ਔਰ ਹੋਰ ਨਹੀਂ ਤਾਂ ਆਪਣੀ ਇਸ ਤਰ੍ਹਾਂ ਦੀ ਰਚਨਾ ਲਿਖ ਕੇ ਇੱਕ ਨਾਟਕ ਦੇ ਰੂਪ ਦੇ ਵਿੱਚ ਤੁਸੀਂ ਉਹਨੂੰ ਪੇਸ਼ ਕਰੋ ਔਰ ਮੈਂ ਸਮਝਦਾ ਕਿ ਜਦੋਂ ਅਸੀਂ ਉਹਨਾਂ ਦੇ ਮਨ ਦੇ ਵਿੱਚ ਕ੍ਰੀਏਟੀਵਿਟੀ ਭਰਾਂਗੇ ਕੋਈ ਬੱਚਾ ਗਾਉਣ ਦਾ ਸ਼ੌਕ ਰੱਖਦਾ ਤਾਂ ਉਸ ਨੂੰ ਕਹੋ ਕਿ ਆਪਣੇ ਇਸ ਖੇਤਰ ਦੇ ਵਿੱਚ ਅੱਗੇ ਵਧੇ ਕੋਈ ਬੱਚਾ ਅਦਾਕਾਰੀ ਦਾ ਸ਼ੌਕ ਰੱਖਦਾ ਤਾਂ ਅਸੀਂ ਕਹੀਏ ਕਿ ਉਸ ਨੂੰ ਇਸ ਖੇਤਰ ਦੇ ਵਿੱਚ ਉਹ ਅੱਗੇ ਵਧੇ
ਹੁਣ ਮੈਂ ਸਮਝਦਾ ਕਿ ਸਮਰ ਕੈਂਪ ਕਿਉਂ ਸਾਡੇ ਮਤਲਬ ਇਹ ਜਿਹੜੇ ਪਿਛਲੇ ਕੁਝ ਸਮੇਂ ਤੋਂ ਹੋਂਦ ਵਿੱਚ ਆਏ, ਇਹਦਾ ਕਾਰਨ ਵੀ ਇਹੀ ਹੈ ਕਿ ਜਿਹੜੀਆਂ ਸਾਡੀਆਂ ਦਾਦੀਆਂ ਨਾਨੀ ਸੀ ਨਾ, ਉਹ ਸਾਡੇ ਬੱਚਿਆਂ ਨੂੰ ਸਾਰੀ ਸਾਰੀ ਰਾਤ ਲੰਮੀਆਂ ਲੰਮੀਆਂ ਜਿਹੜੀਆਂ ਬਾਤਾਂ ਸੀ, ਜਿਹੜੀਆਂ ਕਹਾਣੀਆਂ ਸੀ, ਉਹ ਸੁਣਾਉਂਦੀਆਂ ਸੀ। ਔਰ ਇਹਨਾਂ ਕਹਾਣੀਆਂ ਦੇ ਵਿੱਚ ਪਰੀਆਂ ਦੀਆਂ ਕਹਾਣੀਆਂ ਸੀ, ਜਾਦੂਗਰਾਂ ਦੀਆਂ ਕਹਾਣੀਆਂ ਸੀ, ਰਾਜੇ ਰਾਣੀਆਂ ਦੀਆਂ ਕਹਾਣੀਆਂ ਸੀ। ਅਸਲ ਦੇ ਵਿੱਚ ਇਹ ਜਿਹੜੀਆਂ ਕਹਾਣੀਆਂ ਸੀ, ਇਹਨਾਂ ਦੇ ਵਿੱਚ ਬੜੇ ਡੂੰਘੇ ਅਰਥ ਛੁਪੇ ਹੋਏ ਹੁੰਦੇ ਸਨ ਕਿ ਜੇਕਰ ਤੁਹਾਨੂੰ ਰਸਤੇ ਦੇ ਵਿੱਚ ਕੋਈ ਸਮੱਸਿਆ ਆ ਜਾਏ, ਜੇਕਰ ਅਚਾਨਕ ਤੁਹਾਨੂੰ ਕੋਈ ਸੰਕਟ ਪੈ ਜਾਏ, ਤਾਂ ਤੁਸੀਂ ਉਹਦਾ ਟਾਕਰਾ ਕਿਵੇਂ ਕਰਨਾ, ਤਾਂ ਤੁਸੀਂ ਉਹਦਾ ਮੁਕਾਬਲਾ ਕਿਵੇਂ ਕਰਨਾ। ਔਰ ਜ਼ਿੰਦਗੀ ਵਿੱਚ ਜੇਕਰ ਤੁਸੀਂ ਕਿਤੇ ਠੋਕਰ ਖਾ ਕੇ ਡਿੱਗ ਵੀ ਜਾਓ, ਤਾਂ ਤੁਸੀਂ ਹਿੰਮਤ ਕਰਕੇ ਕਿਵੇਂ ਉੱਠਣਾ। ਇਹ ਜਿਹੜੀਆਂ ਸਾਡੀਆਂ ਬਾਤਾਂ ਸੀ, ਜਿਹੜੀਆਂ ਸਾਡੀਆਂ ਲੋਕ ਕਹਾਣੀਆਂ ਸੀ, ਦਾਦਾ ਦਾਦੀ ਨਾਨਾ ਨਾਨੀ ਵੱਲੋਂ ਜਿਹੜੀਆਂ ਸੁਣਾਈਆਂ ਜਾਂਦੀਆਂ ਸੀ, ਬੜੀ ਸਾਡੀ ਮੁੱਲਵਾਨ ਪੂੰਜੀ ਸੀ। ਲੇਕਿਨ ਅੱਜ ਕੀ ਹੈ ਕਿ ਅਸੀਂ ਦਾਦਾ ਦਾਦੀ ਔਰ ਨਾਨਾ ਨਾਨੀ ਨੇ ਜਿਹੜੇ ਉਹਨਾਂ ਨੂੰ ਅਸੀਂ ਘਰੋਂ ਨਿਕਾਲਾ ਦੇ ਦਿੱਤਾ। ਔਰ ਮੈਨੂੰ ਇਹ ਕਹਿੰਦਾ ਬੜਾ ਦੁੱਖ ਹੋ ਰਿਹਾ ਕਿ ਜਿਹੜੀ ਸਾਡੀਆਂ ਨਾਨੀਆਂ ਦੀ ਔਰ ਦਾਦੀਆਂ ਦੀ ਪਰੰਪਰਾ ਸੀ, ਉਹ ਅਸੀਂ ਉਸਦਾ ਭੋਗ ਪਾ ਦਿੱਤਾ, ਜਿਸ ਕਰਕੇ ਨਵੀਂ ਪੀੜ੍ਹੀ ਔਰ ਪੁਰਾਣੀ ਪੀੜ੍ਹੀ ਸੀ ਜਿਹੜੀ, ਉਹਦੇ ਵਿਚਕਾਰ ਗੈਪ ਹੈ, ਜਿਹੜਾ ਉਹਦੇ ਵਿਚਕਾਰ ਪਾੜਾ ਹੈ, ਉਹ ਹੋਰ ਵੱਧ ਗਿਆ। ਔਰ ਇਹੀ ਕਾਰਨ ਹੈ ਕਿ ਅਸੀਂ ਜਿਹੜੇ ਬਿਰਧ ਆਸ਼ਰਮ ਨੇ ਉਹ ਕ੍ਰੀਏਟ ਕਰ ਦਿੱਤੇ ਨੇ। ਬਿਰਧ ਆਸ਼ਰਮ ਜਿਹੜੇ ਹਨ, ਉੱਥੇ ਦਾਦੀਆਂ, ਉੱਥੇ ਨਾਨੀਆਂ ਮਿਲਣਗੀਆਂ, ਦਾਦੀਆਂ ਮਿਲਣਗੀਆਂ, ਦਾਦੇ ਮਿਲਣਗੇ, ਨਾਨੇ ਮਿਲਣਗੇ, ਲੇਕਿਨ ਘਰਾਂ ਦੇ ਵਿੱਚ ਜਿਹੜੀ ਉਹਨਾਂ ਦੀ ਸਥਾਨ ਹੈ, ਘਰਾਂ ਵਿੱਚ ਜੋ ਉਹਦੀ ਥਾਂ ਹੈ, ਬੱਚਿਆਂ ਦੇ ਨਾਲ ਬੈਠਣ ਦੀ ਜਿਹੜੀ ਥਾਂ ਸੀ, ਉਹ ਅਸੀਂ ਬਿਲਕੁਲ ਮਨਫੀ ਕਰ ਦਿੱਤੀ ਹੈ। ਸੋ ਚੰਗਾ ਸਾਹਿਤ ਹੈ ਜਿਹੜਾ, ਉਹ ਵੀ ਸਾਨੂੰ ਇਹੀ ਸਿਖਾਉਂਦਾ ਹੈ ਕਿ ਅਸੀਂ ਆਪਣੇ ਬੱਚਿਆਂ ਦੇ ਵਿੱਚ ਜਿਹੜੀ ਐਥਿਕਸ ਹੈ, ਜੋ ਨੈਤਿਕ ਕਦਰਾਂ ਕੀਮਤਾਂ ਨੇ, ਉਹਦੇ ਰਾਹੀਂ ਅਸੀਂ ਆਪਣੇ ਬੱਚੇ ਦਾ ਜਿਹੜਾ ਮਾਰਗ ਦਰਸ਼ਨ ਹੈ ਉਹ ਕਿਵੇਂ ਕਰ ਸਕਦੇ ਹਾਂ। ਔਰ ਮੈਂ ਸਮਝਦਾ ਕਿ ਦਾਦੀਆਂ ਨਾਨੀਆਂ ਨੇ ਜਿਹੜੀਆਂ, ਇਹ ਇਸ ਤੋਂ ਬਿਹਤਰ ਤਰੀਕਾ ਹੋਰ ਕੋਈ ਨਹੀਂ ਸੀ। ਇਹ ਸਾਡਾ ਇੱਕ ਮੁੱਲਵਾਨ ਰਿਸ਼ਤਾ ਸੀ, ਇੱਕ ਪਰੰਪਰਾ ਸੀ, ਜਿਹੜੀ ਵਕਤ ਨੇ ਸਾਡੇ ਕੋਲੋਂ ਖੋ ਲਈ ਹੈ। ਆਜ ਸਾਹਿਬ, ਮੈਨੂੰ ਨਹੀਂ ਪਤਾ ਸੀਗਾ ਕਿ ਇਹ ਜਿਹੜਾ ਸਾਡਾ ਵਿਸ਼ਾ ਹੈਗਾ ਉਹ ਜਾ ਕੇ ਬਿਰਧ ਆਸ਼ਰਮ ਵਿੱਚ ਵੀ ਚਲਾ ਜਾਵੇਗਾ। ਇਹ ਬਹੁਤ ਗੰਭੀਰ ਸਵਾਲ ਤੁਸੀਂ ਚੁੱਕੇ ਹੈਗੇ ਆ, ਅਤੇ ਇਹਨਾਂ ਸਵਾਲਾਂ 'ਤੇ ਵੀ ਚਰਚਾ ਕਰਨੀ ਬਣਦੀ ਹੈਗੀ ਆ। ਕਿਉਂ ਸਾਡਾ ਪਰਿਵਾਰ ਆ ਜਿਹੜਾ ਟੁੱਟਦਾ ਪਿਆ ਹੈਗਾ, ਕਿਉਂ ਸਾਡਾ ਵਿਰਸਾ ਸਾਡੇ ਤੋਂ ਦੂਰ ਹੁੰਦਾ ਪਿਆ ਹੈਗਾ? ਜੇ ਛੁੱਟੀਆਂ ਅਸੀਂ ਲੈਣੀਆਂ ਹੈਗੀਆਂ, ਛੁੱਟੀਆਂ ਅਸੀਂ ਵਿਰਸੇ ਤੋਂ ਨਾ ਲਈਏ, ਵਿਰਸੇ ਦੇ ਨਾਲ ਛੁੱਟੀਆਂ ਮਨਾਈਆਂ ਸੀ, ਤਾਂ ਹੀ ਅਸੀਂ ਅੱਗੇ ਵੱਧ ਸਕਦੇ ਹਾਂ। ਨਾਨਾ ਨਾਨੀ ਦੀ ਜਿਹੜੀ ਗੱਲ ਕੀਤੀ ਹੈ, ਦਾਦਾ ਦਾਦੀ ਦੀ ਗੱਲ ਕੀਤੀ ਹੈ, ਬਾਤਾਂ ਦੀ ਗੱਲ ਕੀਤੀ ਹੈਗੀ ਆ, ਬਾਤਾਂ ਪਾਉਂਦਾ ਤਾਂ ਵੇਲੇ ਹੀ ਚਲਾ ਗਿਆ, ਹੁਣ ਤਾਂ ਅਸੀਂ ਹੋਰ ਹੀ ਕੁਛ ਪਾ ਰਹੇ ਹੈਗੇ। ਬ੍ਰੇਕ ਤੋਂ ਵਾਪਸ ਆ ਰਹੇ ਹਾਂ। ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਬੱਚਿਆਂ ਦੇ ਲਈ ਪੁੱਛ ਰਹੇ ਹਾਂ, ਬੱਚਿਆਂ ਲਈ ਸਕੂਲਾਂ 'ਚ ਗਰਮੀਆਂ ਦੀ ਛੁੱਟੀਆਂ ਦੇ ਮਾਇਨੇ ਕਿਵੇਂ ਬਦਲ ਕੇ? ਡਾਕਟਰ ਗਰਗ, ਇੱਕ ਸਵਾਲ ਹਰ ਬੱਚਾ ਪੁੱਛੂਗਾ ਉਹਦੇ ਮਾਂ ਪਿਓ ਨੂੰ, ਜਦੋਂ ਉਹ ਸੋਸ਼ਲ ਮੀਡੀਆ 'ਤੇ ਵਿਚਰਦਾ ਹੈਗਾ, ਜਦੋਂ ਉਹ ਆਪਣੇ ਆਸ ਪਾਸ ਬੱਚਿਆਂ ਨਾਲ ਖੇਡਦਾ, ਤਾਂ ਉਦੋਂ ਉਹਦੇ ਕੰਨ 'ਚ ਗੱਲਾਂ ਪੈਂਦੀਆਂ ਕਿ ਅਸੀਂ ਪਹਾੜਾਂ 'ਤੇ ਜਾ ਕੇ ਆਏ ਹਾਂ, ਅਸੀਂ ਉੱਥੇ ਜਾ ਕੇ ਆਏ ਹਾਂ। ਬੱਚਿਆਂ ਦੇ ਮਨ ਦੇ ਵਿੱਚ ਅਸੀਂ ਕਿਵੇਂ ਠਹਿਰਾ ਲਿਆਈਏ ਕਿ ਪਹਾੜਾਂ 'ਤੇ ਜਾਣਾ ਹੀ ਘੁੰਮਣਾ ਨਹੀਂ ਹੈਗਾ ਗਾ, ਜਾਂ ਪਹਾੜਾਂ ਤੋਂ ਮੈਦਾਨਾਂ 'ਤੇ ਆਉਣਾ ਹੀ ਘੁੰਮਣਾ ਨਹੀਂ ਹੈਗਾ, ਬੀਚ 'ਤੇ ਜਾਣਾ ਹੀ ਘੁੰਮਣਾ ਨਹੀਂ ਹੈਗਾ, ਉਹਨਾਂ ਨੂੰ ਕਿਵੇਂ ਦੱਸਿਆ ਜਾਵੇ? ਮੈਂ ਛੋਟੀ ਜਿਹੀ ਗੱਲ ਤੋਂ ਆਉਂਗਾ। ਅਸੀਂ ਬੱਚਿਆਂ ਦੇ ਉੱਤੇ, ਇੱਕ ਤਾਂ ਬੱਚਿਆਂ ਦਾ ਅਸੀਂ ਟੱਚ ਕਰਦੇ ਹਾਂ ਵੀ ਪੜ੍ਹਾਈ ਵੇਲੇ ਵੀ ਸਕੂਲ 'ਚ ਵੀ ਬੱਚੇ, ਸਾਡਾ ਗੀਤ ਹੈ ਖੇਡ ਖੇਡ ਵਿੱਚ ਇੱਥੇ ਸਾਰੇ ਸਿੱਖਾਂ 'ਚ ਸਿਖਾਵਾਂਗੇ, ਅਸੀਂ ਤਾਂ ਦੁਨੀਆ ਬਣੇ ਹਾਂ ਕਿੱਦਾਂ, ਸਮਝਾਂਗੇ ਅਤੇ ਸਮਝਾਵਾਂਗੇ, ਬੜੀ ਸਿੰਪਲ ਭਾਸ਼ਾ ਦੇ ਵਿੱਚ, ਕਾਰਬਨ ਡਾਈਆਕਸਾਈਡ ਦੇ ਉੱਤੇ, ਹੋਰ ਕੋਟਲਾ 'ਚ ਪਾਕੇ, ਉਹ ਬੜੇ ਗੀਤ ਅਸੀਂ ਬਾਲ ਗੀਤ ਹੈਗੇ ਨੇ, ਬੜੇ ਅੱਛੇ ਆ, ਤਰਜੀਤ ਜੀ ਹੋਰ ਬੜੇ ਲੋਕਾਂ ਨੇ ਲਿਖੇ ਹੋਏ ਨੇ। ਦੂਜਾ ਜਿਹੜਾ ਮੈਂ ਇਹਦੇ 'ਚ ਗੱਲ ਕਰੂੰ, ਮੈਂ ਪਿੱਛੇ ਦੋ ਸਕੂਲਾਂ 'ਚ ਗਿਆ, ਇੱਕ ਮੇਰੇ ਆਪਣੇ ਪਿੰਡ ਦੇ ਸਕੂਲ ਦੇ ਵਿੱਚ ਸੰਗਰੂਰ ਦੇ ਵਿੱਚ ਹੀ, ਸੰਗਰੂਰ ਜੀ, ਦੂਜਾ ਇੱਕ ਡੀ ਏ ਵੀ ਪਬਲਿਕ ਸਕੂਲ ਕੱਕੜਾਲ ਹੈ ਧੂਰੀ ਦੇ ਲਾਗੇ, ਉੱਥੇ ਮੈਂ ਬੱਚਿਆਂ ਨਾਲ ਜਦੋਂ ਇੰਟਰੈਕਸ਼ਨ ਕਰਿਆ, ਮੈਂ ਇੱਕ ਸਕੂਲ 'ਤੇ ਇਹ ਕਿਹਾ ਵੀ ਤੁਸੀਂ ਸਾਰੇ ਬੱਚੇ ਵਿਗਿਆਨੀ ਹੋ, ਇਹ ਗਲਤ ਹੈ ਕਿ ਕੇਵਲ ਯੂਨੀਵਰਸਿਟੀਆਂ 'ਚ ਵਿਗਿਆਨ ਹੋ ਰਹੀ ਹੈ, ਤੁਸੀਂ ਜਿਹੜੇ ਨੌਵੀਂ ਸੀਨੀਅਰ ਸੈਕੰਡਰੀ ਸਕੂਲ ਸੀ, ਤੁਸੀਂ ਜਿਹੜੇ ਨੌਵੀਂ ਦਸਵੀਂ ਗਿਆਰਵੀਂ ਬਾਰ੍ਹਵੀਂ ਦੇ ਬੱਚੇ ਹੋ, ਤੁਹਾਨੂੰ ਜਦ ਛੁੱਟੀਆਂ ਹੁੰਦੀਆਂ ਨੇ, ਜਦ ਵਿਹਲ ਹੁੰਦੀ ਹੈ, ਤੁਸੀਂ ਇਹ ਕਿਉਂ ਨਹੀਂ ਦੇਖ ਸਕਦੇ ਸਾਡੇ ਪਿੰਡ 'ਚ ਪਹਿਲਾਂ ਕਿਹੜੇ ਫਲ ਸਬਜ਼ੀਆਂ ਹੁੰਦੀਆਂ, ਹੁਣ ਕਿਹੜੇ ਹੁੰਦੇ ਨੇ, ਪਹਿਲਾਂ ਕਿਹੜੀਆਂ ਫਸਲਾਂ ਹੁੰਦੀਆਂ, ਹੁਣ ਕਿਹੜੀਆਂ ਹੁੰਦੀਆਂ, ਆਪਣੇ ਦਾਦੇ ਨਾਨੀ ਆਲ ਦੁਆਲੇ ਪੁੱਛੋ, ਪਹਿਲਾਂ ਕਿਹੜੇ ਸੰਦ ਹੁੰਦੇ, ਹੁਣ ਕਿਹੜੇ ਨੇ, ਘਾਹ ਫੂਸ ਬੂਟ ਕਿਹੜਾ ਸੀ ਪਹਿਲਾਂ, ਦਰਖਤ ਵਗੈਰਾ ਹੁਣ ਕਿਹੜੇ ਨੇ, ਸੋ ਜਦ ਤੁਸੀਂ ਕਿਹੜੇ ਜਨੌਰ ਪਹਿਲਾਂ ਹੁੰਦੇ ਸੀ ਕਿਹੜੇ ਨੇ, ਇਹ ਬੜੀ ਖੋਜ ਹੈ, ਇਹ ਆਪਣੇ ਆਪ 'ਚ ਖੋਜ ਹੈ, ਸਾਡੀ ਖੇਤੀ 'ਚ ਕੀ ਬਦਲਾਅ ਆਏ ਨੇ, ਖੂਹ ਕਿਵੇਂ ਕੰਮ ਕਰਦਾ ਸੀ, ਇਹ ਤੁਹਾਡਾ ਕ੍ਰੀਏਟਿਵ ਵੀ ਹੋਏਗਾ। ਔਰ ਇਹਦੇ ਉੱਤੇ ਤੁਸੀਂ ਸਾਰੇ ਸਬਜੈਕਟ ਸਿੱਖ ਜਾਓਗੇ, ਕਿਵੇਂ ਖੁਦ ਹੀ ਸ਼ਕਲ ਬਣਾਈ ਜਾਓ, ਆਪ ਹੀ ਜਿਹੀ ਜਿਹੀ ਤੋਂ ਤਬੰਦੀ ਬਣਾ ਲਓ, ਨਹੀਂ ਜਿਹੜਾ ਤੁਹਾਡਾ ਪੁਆਇੰਟ ਹੈਗਾ ਬੜਾ ਮਹੱਤਵਪੂਰਨ ਹੈਗਾ, ਪਿੰਡਾਂ ਵਾਲੇ ਤਾਂ ਸਿੱਖ ਲੈਣਗੇ, ਪਿੰਡਾਂ ਵਾਲਿਆਂ ਨੂੰ ਮਾਹੌਲ ਹੀ ਮਿਲਦਾ, ਮੈਂ ਹੁਣ ਉਹ ਸ਼ਹਿਰਾਂ ਦੇ ਸਕੂਲ ਦੀ ਵੀ ਗੱਲ ਕਰਨਾ, ਇਹ ਕੱਕੜਾਲ ਸਕੂਲ ਬਿਲਕੁਲ ਸ਼ਹਿਰ ਦੀ ਜੜ 'ਚ ਹੈ, ਇਹਨਾਂ ਨੂੰ ਇਹ ਸੋ ਕਾਲਡ ਮਾਡਲ ਟਾਈਪ ਸਕੂਲ ਹੈ, ਡੀ ਏ ਵੀ ਸਕੂਲ ਹੈ, ਉੱਥੇ ਜਦ ਮੈਂ ਗੱਲ ਕਰਿਆ ਸੀ, ਮੈਂ ਕਿਹਾ ਤੁਸੀਂ ਤੁਹਾਡੇ ਕੋਲ ਆਲੇ ਦੁਆਲੇ ਬਹੁਤ ਕੁਛ ਹੈ, ਤੁਸੀਂ ਹੁਣ ਸਿਰਫ ਟੀ ਵੀ ਨੂੰ ਦੇਖਦੇ ਹੋ, ਠੀਕ ਹੈ, ਤੁਸੀਂ ਟੀ ਵੀ ਬਾਰੇ ਆਪਣੇ ਵਿਚਾਰ ਚਾਰ ਲਿਖ ਸਕਦੇ ਹੋ, ਜੋ ਵੀ ਤੁਹਾਨੂੰ ਚੰਗਾ ਲੱਗੇ, ਕੋਈ ਨਹੀਂ ਵੀ ਮਾਸਟਰ ਜੀ ਨੂੰ ਸੁਣ ਕੇ ਲਿਖਣਾ, ਤੁਹਾਡੀ ਲੈਂਗੁਏਜ ਵੀ ਠੀਕ ਹੋ ਜੂ, ਤੁਹਾਨੂੰ ਇਹ ਹੋ ਜੂ, ਤੁਸੀਂ ਉਹਦੀਆਂ ਮੇਜ਼ਰਮੈਂਟਸ ਕਰ ਲਓ, ਮਿਲ ਲਓ ਵੀ ਇਹ ਕਿੱਡਾ ਕੁ ਯਾਰ, ਇਹਦੇ ਘਰ
ਤੁਸੀਂ ਕਮਰੇ ਮਿਲ ਲਓ ਕਿੰਨੇ ਨੇ। ਸੋ ਤੁਸੀਂ ਬਹੁਤ ਕੁਛ ਜਿਹੜੇ ਆਪਦੇ ਘਰਾਂ ਜੋ ਵੀ ਹੈ ਸ਼ਹਿਰ 'ਚੋਂ ਪਿੰਡ 'ਚੋਂ ਗਰੀਬ ਦੇ ਘਰੋਂ ਅਮੀਰ ਦੇ ਘਰੋਂ ਤੁਸੀਂ ਜੋ ਕੁਛ ਤੁਹਾਡੇ ਆਲਦਾ ਕੱਪੜੇ ਨੇ ਤੁਸੀਂ ਆਪਣੇ ਕੱਪੜਿਆਂ ਦਾ ਹਿਸਾਬ ਲਾਓ ਵੀ ਪਹਿਲਾਂ ਕਿਹੋ ਜਿਹੇ ਕੱਪੜੇ ਪਾਉਂਦੇ ਸੀ ਤੁਹਾਡੇ ਮੰਮੀ ਪਾਪਾ ਜਿਹੜੇ ਅੱਜ ਇੱਕ ਖਾਸ ਕਿਸਮ ਦੇ ਕੱਪੜੇ ਪਾ ਰਹੇ ਨੇ ਪਹਿਲਾਂ ਵੀ ਕੋਈ ਪਾਉਂਦੇ ਹੋਣੇ ਨੇ ਉਹ ਕਿਹੋ ਜਿਹੇ ਕੱਪੜੇ ਪਾਉਂਦੇ ਸੀ। ਇਹ ਸਾਰੀ ਖੋਜ ਹੈ ਜਿਹੜੀ ਧਰੋਹਰ ਬਣੇਗੀ ਇਹ ਅੱਜ ਹੋ ਨਹੀਂ ਰਹੀ। ਦੂਜਾ ਇੱਕ ਜਿਹੜੀ ਇਹਦੇ 'ਚ ਬੱਚਿਆਂ ਦਾ ਜਿਹੜਾ ਇਹ ਬਚਪਨ ਖੋਇਆ ਜਾ ਰਿਹਾ ਇੱਥੇ ਡਰਾਈਵਰ ਦੀਆਂ ਕਿਤਾਬਾਂ ਪੰਜਾਬ ਦੇ ਵਿੱਚ ਹੁਣ ਆਇਆ ਤੁਸੀਂ ਸੁਣਿਆ ਹੋਊਗਾ ਆ ਮੰਤਰੀ ਦੇ ਉੱਤੇ ਰੌਲਾ ਜੁਲਾ ਵੀ ਪਿਆ ਬੜਾ ਕਿ ਪਹਿਲਾਂ ਵੀ ਕਿਤਾਬਾਂ ਪਾਈਪ ਬਣਾਉਣ ਵਾਲੇ ਤੋਂ ਖਰੀਦੀਆਂ ਸੀ ਹੁਣ ਵੀ ਡਰਾਈਵਰ ਦੀਆਂ ਕਿਤਾਬਾਂ ਵੀ 3-3 ਹਜ਼ਾਰ ਰੁਪਏ ਦੀਆਂ ਕਿਤਾਬਾਂ 3 ਹਜ਼ਾਰ ਰੁਪਇਆ ਕਿਆ ਹੁੰਦਾ ਉਹਦੇ 'ਚੋਂ ਤੁਸੀਂ ਪਰ ਜਦ ਇਕੱਠਾ ਕਰੋਗੇ 20 ਹਜ਼ਾਰ ਸਕੂਲ ਦਾ ਤਾਂ ਫਿਰ ਬਹੁਤ ਸਾਰੀ ਅਮਾਊਂਟ ਬਣ ਜਾਂਦੀ ਹੈ। ਸੋ ਉਹ ਜਦ ਤੁਹਾਡੇ ਕੋਲ ਜੇ ਲਾਇਬ੍ਰੇਰੀ ਮੈਨੂੰ ਆਪਣਾ ਬਚਪਨ ਯਾਦ ਹੈ ਜਦ ਅਸੀਂ 3ਜੀ 4ਜੀ 'ਚ ਪੜ੍ਹਦੇ ਸੀ ਜਾਦੂ ਦੀ ਬੰਸਰੀ ਅਲੀ ਬਾਬਾ 40 ਚੋਰ ਇਹ ਸਾਨੂੰ ਕਿਤਾਬਾਂ ਛੋਟੀ ਛੋਟੀਆਂ ਇੱਕ ਨਿੱਕੀ ਜਿਹੀ ਕਹਾਣੀ ਹੈ ਇੱਕ ਨਿੱਕਾ ਜਿਹਾ ਨਾਵਲ ਹੈ ਅਤੇ ਇਹੋ ਜਿਹੀਆਂ ਅਸੀਂ ਜਦ ਕਹਾਣੀਆਂ ਨਾਵਲ ਛੋਟੇ ਜਿਹੇ ਅਸੀਂ ਸੁਣਦੇ ਸੀ ਛੋਟੇ ਛੋਟੇ ਜਿਹੜੇ ਅਸੀਂ ਪੜ੍ਹਦੇ ਸੀ ਸੱਚ ਦੀ ਖੋਜ ਮਹਾਤਮਾ ਗਾਂਧੀ ਦੀ ਤਾਂ ਛੁੱਟੀਆਂ ਦੇ ਵਿੱਚ ਉਹਨੂੰ ਇਹੋ ਜਿਹਾ ਵੀ ਜੋ ਤੈਨੂੰ ਪਸੰਦ ਹੈ ਤੈਨੂੰ ਰੂਪ ਬਸੰਤ ਦਾ ਕਿੱਸਾ ਪਸੰਦ ਹੈ ਤੈਨੂੰ ਪੂਰਨ ਭਗਤ ਦਾ ਕਿੱਸਾ ਪਸੰਦ ਹੈ ਤੈਨੂੰ ਕੋਈ ਹੋਰ ਕਿੱਸਾ ਪਸੰਦ ਹੈ ਤੈਨੂੰ ਕੋਈ ਫਿਲਮ ਦੀ ਕਹਾਣੀ ਪਸੰਦ ਹੈ ਤੈਨੂੰ ਕੋਈ ਗੀਤ ਪਸੰਦ ਹੈ ਜੋ ਤੈਨੂੰ ਪਸੰਦ ਹੈ ਉਹ ਕਰ। ਜਦ ਅਸੀਂ ਉਹਨੂੰ ਇਹੋ ਜਿਹਾ ਕੰਮ ਦੇਵਾਂਗੇ ਉਹ ਕ੍ਰੀਏਟਿਵ ਵੀ ਹੋਏਗਾ ਆਪਦੀ ਪੜ੍ਹਾਈ ਤੋਂ ਵੱਖਰਾ ਵੀ ਹੋਏਗਾ ਅਤੇ ਉਹ ਛੁੱਟੀਆਂ ਦਾ ਆਨੰਦ ਵੀ ਮਾਣੇਗਾ ਸਿੱਖੇਗਾ। ਠੀਕ ਹੈ ਵਾਲੀਆ ਸਾਹਿਬ ਜੀ ਜਿਹੜੀ ਗੱਲਾਂ ਇਹਨਾਂ ਨੇ ਕੀਤੀਆਂ ਡਾਕਟਰ ਗਰਗ ਸਾਹਿਬ ਨੇ ਜੀ ਜਿਹੜੇ ਬੱਚੇ ਵੀ ਦੇਖ ਰਹੇ ਹੋਣਗੇ ਉਹ ਕਹਿੰਦੇ ਹੋਣਗੇ ਕਿ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਤਾਂ ਹੁਣ ਕਿੱਥੇ ਇਹੋ ਜਿਹੀਆਂ ਗੱਲਾਂ ਹੋਣੀਆਂ। ਸਵਾਲ ਇਹ ਹੈਗਾ ਵਾਲੀਆ ਸਾਹਿਬ ਜੀ ਜਿਹੜਾ ਆਧੁਨਿਕ ਦੌਰ ਆ ਜਿਹਦੀ ਤੁਸੀਂ ਗੱਲ ਕਰਦੇ ਹੋ ਜਿਹੜੇ ਸਕੂਲਾਂ ਦੀ ਤੁਸੀਂ ਜ਼ਿਕਰ ਕਰਦੇ ਹੋ ਉੱਥੇ ਤਾਂ ਗੇਮਸ ਦੀ ਗੱਲ ਹੁੰਦੀ ਹੈ ਵੀਡੀਓ ਗੇਮਸ ਦੀ ਮੋਬਾਈਲ ਦੀ ਉੱਥੇ ਇੰਟਰਨੈਟ ਦੀ ਗੱਲ ਹੁੰਦੀ ਹੈ ਮੈਂ ਉਹਨਾਂ ਗੇਮਸ ਦਾ ਨਾਮ ਨਹੀਂ ਲੈਣਾ ਗਾ ਉਹ ਪ੍ਰਮੋਟ ਹੋ ਜਾਣਗੇ ਬਿਨਾਂ ਗੱਲ ਤੋਂ ਬਿਲਕੁਲ ਠੀਕ ਕਹਿ ਰਹੇ ਤੁਸੀਂ ਉੱਥੋਂ ਤਾਂ ਬੱਚੇ ਬਾਹਰ ਨਿਕਲਦੇ ਇੱਕ ਨਵੀਂ ਤਰ੍ਹਾਂ ਦੀ ਬਿਮਾਰੀ ਆ ਰਹੀ ਹੈ ਮੈਨੂੰ ਤਾਂ ਬਿਮਾਰੀ ਦਾ ਨਾਮ ਵੀ ਨਹੀਂ ਪਤਾ ਗਾ ਕੀ ਕਹਾਂ ਉਹਨੂੰ ਅੱਖਾਂ ਸੁੱਕਦੀਆਂ ਪਈਆਂ ਡਰਾਈ ਹੋ ਰਹੀਆਂ ਅੱਖਾਂ। ਠੀਕ ਕਹਿ ਰਹੇ ਹੋ ਬੱਚਾ ਅੱਜ ਪੈਦਾ ਹੁੰਦਾ 2 ਸਾਲ ਦੇ ਬੱਚੇ ਨੂੰ ਮਾਂ ਵੀਡੀਓ ਗੇਮ ਉਹਨੂੰ ਹੱਥ 'ਚ ਪਕੜਾ ਦਿੰਦੀ ਹੈ ਮੋਬਾਈਲ ਤੋਂ ਬੱਚਾ ਚਲਾ ਲੈਂਦਾ ਉਹਦੀ ਅੱਖਾਂ 'ਤੇ ਅਤੇ ਬ੍ਰੇਨ 'ਤੇ ਦੋਨਾਂ 'ਤੇ ਅਸਰ ਪੈਂਦਾ ਹੈ ਇੱਥੇ ਬਹੁਤ ਐਜੂਕੇਸ਼ਨ ਦੇਣ ਦੀ ਲੋੜ ਅਸੀਂ ਕੋਸ਼ਿਸ਼ ਵੀ ਕਰਦੇ ਹਾਂ ਪਰ ਸਾਡੇ ਜ਼ਮਾਨੇ ਦੇ ਅੰਦਰ ਅਸੀਂ ਕੀ ਕਰਦੇ ਸੀ ਜ਼ਿਆਦਾ ਪੁਰਾਣਾ ਨਹੀਂ ਪਰ ਹੈ ਅਸੀਂ ਅਮਰ ਚਿੱਤਰ ਕਥਾ ਦੀ ਕਹਾਣੀਆਂ ਪੜ੍ਹਦੇ ਸੀ ਹੈ ਨਾ ਗ੍ਰੇਟ ਚਿਲਡਰਨ ਮੈਂ ਵੀ ਕੁਛ ਲਿਖਣ ਦਾ ਪ੍ਰਯਾਸ ਕੀਤਾ ਸੀ ਇੱਕ ਵਾਰੀ ਜਿੱਦਾਂ ਕਿ ਆਪਣੇ ਅਕਬਰ ਦੀ ਗ੍ਰੇਟ ਗੁਰੂ ਸਾਹਿਬ ਦੇ ਚਾਰੋਂ ਸਾਹਿਬਜ਼ਾਦੇ ਠੀਕ ਹੈ ਸ਼ਿਵਾਜੀ ਮਰਾਠਾ ਇਹ ਐਸੇ ਬੱਚੇ ਹੋਏ ਜਿਹੜੇ 13 ਤੋਂ 16 ਸਾਲ ਦੀ ਉਮਰ ਤੱਕ ਜਿਨ੍ਹਾਂ ਨੇ ਬੜਾ ਨਾਮ ਕਮਾਇਆ ਇਹ ਬੱਚਿਆਂ ਲਈ ਇੱਕ ਮੋਟੀਵੇਸ਼ਨ ਫੈਕਟਰ ਹੈ ਪਰ ਇਹੋ ਜਿਹੇ ਕਰੈਕਟਰਸ ਨੂੰ ਅੱਜ ਕਿਹਨੇ ਲਲਿਤਾ ਮੋਗਲੀ ਦੀ ਕਹਾਣੀਆਂ ਨੇ ਜਾਂ ਕੋਈ ਹੋਰ ਜਿਹੜੇ ਤੁਸੀਂ ਕਹਿ ਰਹੇ ਹੋ ਨਾਮ ਨਹੀਂ ਲੈਣਾ ਚਾਹੁੰਦੇ ਉਹ ਇਹੋ ਜਿਹੇ ਕਾਰਟੂਨ ਐਸੇ ਕਰੈਕਟਰਸ ਹੈ ਜਿਹੜੇ ਸਾਨੂੰ ਨਾਮ ਨਹੀਂ ਪਤਾ ਪਰ ਬੱਚਿਆਂ ਨੂੰ ਬਹੁਤ ਪਤਾ ਹੈ ਉਹ ਕਰੈਕਟਰਸ ਨੂੰ ਬੱਚੇ ਪੜ੍ਹ ਰਹੇ ਹੈ ਦੇਖ ਰਹੇ ਹੈ ਔਰ ਉਹਨਾਂ ਨੂੰ ਫੋਲੋ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਹੀਮੈਨ ਦੀ ਗੱਲਾਂ ਕਰ ਰਹੇ ਹੈ ਸੁਪਰਮੈਨ ਦੀ ਗੱਲਾਂ ਕਰ ਰਹੇ ਬਟ ਅਸੀਂ ਕਿਉਂ ਨਹੀਂ ਆਪਣੇ ਵਿਰਸੇ ਦੇ ਨਾਲ ਉਹਨੂੰ ਜੋੜ ਕੇ ਦੋਨੋਂ ਚੀਜ਼ਾਂ ਨੂੰ ਦੱਸਿਆ ਜਾਏ ਕਿਉਂਕਿ ਅੱਜ ਟੈਕਨੋਲੋਜੀ ਵੀ ਜਿਹੜੀ ਹੈ ਉਹਨਾਂ ਨੇ ਵੀ ਕੁਛ ਥੋੜ੍ਹਾ ਬਹੁਤ ਉਸ ਗੱਲ ਨੂੰ ਸਮਝ ਲਿਆ ਕਿ ਸ਼ਾਇਦ ਇਹ ਬੱਚਿਆਂ ਨੂੰ ਦੱਸਣਾ ਜ਼ਰੂਰੀ ਹੈ। ਹੁਣ ਮਾਧਿਅਮ ਚੇਂਜ ਹੋ ਗਿਆ ਕਿ ਉਹ ਜੈ ਗਣੇਸ਼ਾ ਲੈ ਕੇ ਦੱਸ ਰਹੇ ਹੈ ਵੀਰ ਹਨੂੰਮਾਨ ਕ੍ਰਿਸ਼ਨਾ ਦੀ ਕਹਾਣੀਆਂ ਹੈ ਨਾ ਰਾਮਚੰਦਰ ਜੀ ਦੀ ਵੀ ਠੁਮਕ ਚੱਲਤ ਰਾਮਚੰਦਰ ਬਾਜਤ ਪੈ ਜਾਵੀ ਆ ਉਹ ਬਚਪਨ ਸੀਗਾ ਕਿ ਉਹ ਜਦ ਚੱਲਦੇ ਸੀ ਤਾਂ ਸਾਰੇ ਪਰਿਵਾਰ ਖੁਸ਼ ਹੁੰਦਾ ਸੀ ਪਰ ਅੱਜ ਪੇਰੈਂਟਸ ਕੋਲ ਇੰਨਾ ਟਾਈਮ ਨਹੀਂ ਇਹ ਦੇਖਣ ਦਾ ਕਿ ਬੱਚਾ ਕਿੱਦਾਂ ਚੱਲ ਰਿਹਾ 2 ਕਦਮ ਕਿੱਦਾਂ ਚੱਲ ਰਿਹਾ ਜਾਂ ਕੈਸੀ ਸ਼ਰਾਰਤਾਂ ਕਰ ਰਿਹਾ ਉਹਦੀ ਸ਼ਰਾਰਤ ਦੇ ਅੰਦਰ ਕਿੰਨੀ ਖੁਸ਼ੀ ਹੈ ਜਿਹੜੀ ਕਿ ਹੋਰ ਕਿਸੇ ਐਂਟਰਟੇਨਮੈਂਟ ਨਾਲ ਨਹੀਂ ਮਿਲ ਸਕਦੀ ਪਰ ਉਹ ਛੁੱਟੀਆਂ ਦਾ ਜਿਹੜਾ ਅਰਥ ਹੈ ਉਹ ਅਨਰਥ ਜ਼ਰੂਰ ਹੋ ਰਿਹਾ ਮੈਂ ਤੁਹਾਡੇ ਨਾਲ ਪੂਰਾ ਇਤਫਾਕ ਰੱਖਦਾ। ਠੀਕ ਹੈ ਵਿਨੋਦ ਕੁਮਾਰ ਜੀ ਅਸੀਂ ਤਾਂ ਛੁੱਟੀਆਂ ਵਾਲੇ ਸੱਭਿਆਚਾਰ ਦੀ ਗੱਲ ਕਰ ਰਹੇ ਸੀ ਮੈਨੂੰ ਲੱਗਦਾ ਛੁੱਟੀਆਂ ਵਾਲੇ ਕਾਰੋਬਾਰ ਦੀ ਗੱਲ ਕਰਨੀ ਚਾਹੀਦੀ ਸਾਨੂੰ ਸਾਰਾ ਉਹ ਕਮਰਸ਼ੀਅਲ ਹੋ ਗਿਆ ਜੋ ਛੁੱਟੀਆਂ ਹੁੰਦੀਆਂ ਅਤੇ ਉਹਨੂੰ ਕਮਰਸ਼ੀਅਲਾਈਜ਼ ਦੀ ਨਜ਼ਰ ਨਾਲ ਦੇਖਿਆ ਜਾ ਰਿਹਾ। ਇਸਕਾ ਸਭਸੇ ਬੜਾ ਰੀਜ਼ਨ ਮੁਝੇ ਲੱਗ ਰਿਹਾ ਹੈ ਕਿ ਮਾਂ ਬਾਪ ਕੀ ਐਜੂਕੇਸ਼ਨ ਜ਼ਿਆਦਾ ਜ਼ਰੂਰੀ ਹੈ ਛੁੱਟੀਆਂ ਕੇ ਬਾਰੇ ਮੈਂ ਬਜਾਏ ਬੱਚੋਂ ਕੇ ਕਿਉਂਕਿ ਜ਼ਿਆਦਾਤਰ ਮਾਂ ਬਾਪ ਕਮਿਊਨੀਕੇਸ਼ਨ ਗੈਪ ਕੋ ਇਤਨਾ ਬੜਾਤੇ ਜਾਤੇ ਹੈ ਉਹ ਸਾਰੇ ਦਿਨ ਆਪਣੇ ਮੋਬਾਈਲ ਆਪਣੇ ਜੋਬ ਆਪਣੇ ਬਿਜ਼ਨਸ ਆਪਣੇ ਬਾਕੀ ਸਭ ਚੀਜ਼ੋਂ ਮੇਂ ਬਿਜ਼ੀ ਰਹਿਤੇ ਹੈ ਔਰ ਉਨਕੇ ਬੀਚ ਮੇਂ ਜੋ ਕਮਿਊਨੀਕੇਸ਼ਨ ਗੈਪ ਹੈ ਜੋ ਬਾਤਚੀਤ ਕਰਨਾ ਚਾਹੀਏ ਵੋ ਬਹੁਤ ਕਮ ਹੋਤੀ ਹੈ ਔਰ ਮੈਂ ਦੇਖ ਰਹਾ ਹੂੰ ਬਹੁਤ ਸਾਰੇ ਘਰੋਂ ਮੇਂ ਜੋ ਲੜਾਈ ਝਗੜਾ ਹੋਣੀ ਚਾਹੀਦੀ ਵਿਨੋਦ ਕੁਮਾਰ ਕੀ ਗੱਲ ਮੈਂ ਇੱਕ ਛੋਟਾ ਸਾ ਐਗਜ਼ਾਮਪਲ ਦੇਣਾ ਚਾਹੂੰਗਾ ਮੈਂ ਅਭੀ ਦਿੱਲੀ ਥਾ ਕੁਛ ਦਿਨ ਪਹਿਲੇ ਵਹਾਂ ਪੇ ਇੱਕ ਫ੍ਰੈਂਚ ਮਹਿਲਾ ਆਪਣੇ ਤਕਰੀਬਨ 8 ਸਾਲ ਕੇ ਬੱਚੇ ਕੇ ਸਾਥ ਮੇਂ ਬੈਠੀ ਥੀ
और जब तक हमने खाना खाया, जब तक हम बैठ के कुछ और बातचीत कर रहे थे, लगभग डेढ़ घंटे वो नॉन स्टॉप बच्चे से बात कर रही थी। एक छोटा सा डायरी उसने रखा हुआ था, उसमें लिखती जा रही थी कि ये क्या बोल रहा है, कौन सा मेजर चीज़ों पे बात करना चाह रहा है। उसके बाद में मैंने उससे, क्योंकि मेरे आने से पहले भी वो बात कर रही थी, तो मैंने उनसे पूछना चाहा कि आप क्या बात कर रहे हैं। तो उन्होंने कहा कि मेरा बच्चा इतना क्यूरियस है कि मैं उसके सारे सवालों के जवाब नहीं दे सकती, इसलिए मैं जिन नोट डाउन कर लेते हैं, जवाब नहीं दे सकती, वो मैं पढ़ूंगी पहले, उसके बाद में इसको बताऊंगी। मैं कोई भी इसको गलत इन्फॉर्मेशन पास ऑन नहीं करना चाहती। तो वो इतनी कॉन्शियस महिला थी, और वो अपने बच्चे, उसका बच्चा बोल रहा है कि जैसे इंडिया में लोग नहर में नहाते हैं, पशुओं का पूंछ पकड़ के नहाते हैं, उस तरीके से मुझे नहाना है। तो वो ऐसे स्पॉट ढूंढ रही है जहाँ पे ये काम हो सके, और वो बाद में मेरे से पूछ रही है कि आपके गांव में ऐसा कुछ हो सकता है। तो हम बोल रहे हैं कि नहीं, ये तो डर्टी काम है, हम नेचर के साथ में जुड़ना ही नहीं चाह रहे हैं। अगर थोड़ा सा मिट्टी लग जाए बच्चों को तो हम हो हल्ला मचा देते हैं। तो मुझे लग रहा है कि माँ बाप को भी छुट्टी के बारे में, अपनी दिनचर्या के बारे में, बच्चों के जीवन के बारे में सोचना चाहिए। और एक इसमें एक छोटा सा चीज़ और जोड़ना चाहूँगा, एक नो स्कूल स्कूल का कॉन्सेप्ट है, मतलब वो स्कूल है लेकिन स्कूल नहीं है, उसमें कोई भी फॉर्मल तरीके से काम नहीं होता है। और एक स्वराज यूनिवर्सिटी का कॉन्सेप्ट है जो बड़े बच्चों के लिए है, कि आपको कोई डिग्री डिप्लोमा नहीं मिलेगा, लेकिन आप जो करना चाहें दिल की गहराइयों से कीजिए और सीखने की कोशिश कीजिए। ठीक है आशा जी, ये कह रहे हैं कि मापियां नूं दसन जरूरत है। मेरा सवाल है कि मापियां नूं किवें दसया जाए, जां स्कूल वालियां नूं किवें समझाया जाए, दोनों नूं इकट्ठे नूं समझाया जाए, जां बाजार नूं समझाया जाए, किहनूं समझाया जाए? मेरा ख्याल है सारिआं नूं ही समझाउण दी जरूरत। मैं समझदा हाँ कि मापियां दा वी बहुत वड्डा फर्ज़ बणदा है कि उह अपने बच्चे नूं साहित दे पक्ष तों, सभ्याचार दे पक्ष तों, कला दे पक्ष तों सांभण। और साडियां जिवें गल भी होई बार बार कि कोई समा सी जदों सरकारां वल्लों जां कुछ प्रकाशकां वल्लों संपादकां वल्लों बच्चों के मैगजीन छपदे सी, पंजाबी दे विच बड़े पापूलर मैगजीन रहे ने, बाल संदेश छपदा सी, बीबा राणा छपदा सी, बाल दरबार छपदा सी, और पंखड़ियाँ प्रायमरी सिक्ख्या बच्चों के मैगजीन छपते हैं। और हिंदी दे विच भी साडे कोल चंपक, नंदन, बाल भारती, लोटपोट और चंदा मामा, इस तरह के जिहड़े बच्चे जी जी जी, और इस तरह के जिहड़े मैगजीन से बच्चों के नाल जुड़े हुए सी। और छुट्टियां दे विच इह बच्चे ने जिहड़े वो बहुत बड़े चाह दे नाल, बड़ी दिलचस्पी दे नाल पढ़दे सी। लेकिन जो असं छुट्टियों के हवाले नाल इस विषय पर गल करते हाँ, तो मैं दो गल्लां बारे मुख तौर पर मैं जोर देना चाहुंदा है कि छुट्टियां का मकसद है जिहड़ा वो बच्चे की क्रिएटिविटी नूं बाहर कढ़ना होना चाहिए। पंजाब दे विच जां जिन्ने साडे पंजाबी बोलते बच्चे ने उन्हां नूं रंगमंच दे नाल जोड़िया जाना चाहिए, और थिएटर है जिहड़ा मूवमेंट है उसनूं डिवेलप किया जाना चाहिए, उसनूं विकसित किया जाना चाहिए। कोई समा सी कि जिहड़ियां साडियां दादियां नानियां दी असीं गल कीती कि पुरानियां बातां सुणाउंदे सी, लेकिन अज स्थिति बिल्कुल साडे कोल उल्ट है। अज साडे समाज दे सामने बड़ियां समस्यावां ने, असीं जल भी प्रदूषित कर दिता है, असीं हवा भी प्रदूषित कर दित्ती है, जिन्ने साडे कुदरती स्रोत ने असीं उह सारे बिल्कुल नष्ट करन ते तुले होए हाँ। क्यों नहीं असीं अपने बच्चों नूं आखदे कि तुसीं जो तुहाडे मन दे विच आउंदा है अपनी सिरजना करो, भावें चित्रकारी के रूप के करो, भावें किसी कहानी कविता गीत के रूप के करो, तो भावें किसी नाटक के रूप के करो। तो जो मैसेज है ना छुट्टियों के एक बड़ा उसारू, एक बड़ा सार्थक मैसेज है जोड़ा वो थोड़ा जाना चाहिए। मैं समझा कि जेकर इस तरह के एफर्ट ने और सरकार भी और अदारों भी यह चाहिए कि जोड़ा बच्चा बहुत अच्छा बुलारा है, बहुत अच्छा बोलना जानता है, आने वाले समय के उस बच्चे ने एक बड़ा अच्छा बुलारा बनना है, उस बच्चे की हौसला अफजाई होनी चाहिए है। चंगा बच्चा कोई गाँवदा उसकी हौसला अफजाई होनी चाहिए है, क्योंकि साडे कोले चंगे गायकों की घाट है, साडे कोले बड़ा अजकल प्रदूषित हो रहा हर पक्ष तो। मैं समझदा कि छुट्टियां का बुनियादी मकसद यह होना चाहिए है कि असं बच्चों नैतिकता के नाल जोड़िए, उसारू कदर कीमतों के नाल जोड़िए, और अपना जिहड़ा विरासत है जिहड़ी साडा पुराना पिछोकड़ है, बड़ा मुल्लवान पिछोकड़ है, उहदे नाल जोड़दे हुए जो साडे समाज नूं समस्यावां पेश आ रहियां ने, जो संकट साडे समाज नूं पेश आ रहे हैं, उन्होंने बारे असीं अपनी नवीं पीढ़ी नूं सुचेत करिए। और मैं समझदा कि साडियां छुट्टियां दा जिहड़ा सार्थक है, जिहड़ा मनोरथ है, वह तां ही कामयाब होएगा। ठीक है, होर छोटा एक छोटा ब्रेक लैके वापस आना जी, एक छोटा ब्रेक लैंदे आ, ब्रेक तों वापस आ रहे हैं। इस मंच ते जिहड़ियां गल्लां बातां हो रही उन ते मैनूं इही जापदा कि चुगिरदे बारे जिहड़ी जानकारी देनी लाजमी हैगी बच्चे नूं, जे चुगिरदे बारे उहनूं पता लगेगा तो उहनूं अपने विरसे बारे पता लगेगा, जो विरसे बारे पता लगेगा फिर उहनूं बातां बारे पता लगेगा, फिर उहनूं पता लगेगा उहदे मन विच की हैगा, उह कर की सकदा हैगा, उहदे मन नूं पढ़ना पवेगा, तो जे मन नूं पढ़ना हैगा फिर सानूं सारिआं नूं सिखना पवेगा। जदों असीं नहीं सिखांगे बच्चों को सिखावांगे? मेरे तो वापस आ गए।
सवाल एक पूछ रहे हैं बच्चों लिए स्कूलों गर्मी छुट्टियां के मायने किमें बदल गए डॉक्टर अगर तुम अपनी गल भी पूरी कर लो तो भी दस छुट्टियां कि छुट्टियां कि मैं सिर्फ यही कहना सी भी पहली गल तो जो कहना भी वो पिंडा की पुरानी गल मैं हूँ ही ताजी आ पिछले सैचर की गल है तो इतने गया पंचकूले उत्थे एक समर कैंप ही लग्या होया सी उहदे विच बच्चों चार सवाल सवूल इधर उधर दी गल्लां करके जिहड़ी भी उन्होंने ज्ञान दी भी सवाल भी इंटरैक्शन पहली गल तां बच्चों नाल इंटरैक्शन करना जरूरी है वन वे ट्रैफिक नहीं है कदे भी बच्चे वैसे तो कोई भी वन वे ट्रैफिक नहीं हुंदा सो एक तो वन वे फिर उन्होंने गीत गवाया खेड़ खेड़ विच इत्थे सारी इह हम है नए इंसान हम चलेंगे सी ना तां सारे बच्चे गिद्दा पा के गा रहे ने उन्होंने चेहरे दस रहे सी भी किन्ने खुश हो रहे ने तो हर हालांकि वो हर रोज़ कोई ना कोई बंद बुला के उत्थे कराते हैं गल बाद मैं फोन भी आए दूजा की है जॉन हिल्टन ने किताब लिखी है उस कि बच्चे हाउ डू दी चर्न हाउ दी चिल्ड्रन लर्न छोटी जी किताब है उन्हें अपने बच्चे भी किमें करता रहा की करता जब तुम देखो बच्चा तोड़ के भन के सारा कढ़ा हर चीज़ खोल के देखना चाहता है जो खोल के देखना चाहता है वो सवाल करने की प्रवृत्ति मान लिया थोड़ी गल महंगे ने जो भी है महंगे भी तोड़ना ना दो महंगा जो महंगा तोड़ता तो वह सीखेगा ਤੁਸੀਂ ਇੰਨਾ ਪੈਸਾ ਉਹਦੇ ਖਰਚ ਦਿਓ ਬਾਹਰ ਭੇਜਣ ਵਾਸਤੇ ਉਹ ਜੇ 50,000 ਦਾ ਲੈਪਟਾਪ ਤੋੜ ਕੇ ਸਿੱਖ ਲਏ ਕਿ ਇਹ ਕੋਈ ਘੱਟ ਹੈ ਉਹਦੀ ਆਦਤ ਬਣੇਗੀ ਸਿੱਖਣ ਦੀ ਵੀ ਇਹਦੇ 'ਚ ਹੈ ਕਿ ਇਹਨੂੰ ਕਿਵੇਂ ਤੀਜੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਅੱਜ ਜਿਹੜੀਆਂ ਛੁੱਟੀਆਂ ਨੇ ਇਹ ਵੀ ਇੱਕ ਇਵੈਂਟ ਮੈਨੇਜਮੈਂਟ ਬਣ ਗਈ ਹਰ ਚੀਜ਼ ਨੂੰ ਅਸੀਂ ਇਵੈਂਟ ਮੈਨੇਜਮੈਂਟ ਬਣਾਤਾ ਇਸ ਕਰਕੇ ਉਹ 'ਚੋਂ ਉਹ ਮਕੈਨੀਕਲ ਬਣ ਗਈਆਂ ਉਹ ਰੋਬੋਟਿਕ ਬਣ ਗਈਆਂ ਉਹ 'ਚੋਂ ਇਨਸਾਨੀਅਤ ਖਤਮ ਹੋ ਗਈ ਅੱਜ ਕੀ ਹੈ ਪ੍ਰੋਜੈਕਟਾਂ ਵੀ ਮਕੈਨੀਕਲ ਕਾਰੋਬਾਰ ਹੋ ਗਿਆ ਸਭ ਕੁਛ ਕਾਰੋਬਾਰ ਹੋ ਗਿਆ ਤੁਸੀਂ ਯੋਗਾ ਕਰਾਉਣਾ ਉਹ ਵੀ ਕਾਰੋਬਾਰੀ ਹੋ ਗਿਆ ਤੁਸੀਂ ਐਕਸਰਸਾਈਜ਼ ਕਰਾਉਣੀ ਹੈ ਤੁਸੀਂ ਬੱਚਿਆਂ ਨੂੰ ਨਾਚ ਸਿਖਾਉਣਾ ਹੈ ਤੁਸੀਂ ਬੱਚਿਆਂ ਨੂੰ ਗੀਤ ਸਿਖਾਉਣੇ ਨੇ ਸਭ ਕਾਰੋਬਾਰ ਹੋ ਗਏ ਵੀ ਸਾਡੇ ਕੋਲ ਭੇਜੋ ਅਸੀਂ ਕਰ ਦਿੰਦੇ ਹਾਂ ਅਸੀਂ ਪੇਂਟਿੰਗ ਸਿਖਾਵਾਂਗੇ ਜੀ ਅਸੀਂ ਬਾਹਰ ਲੈ ਕੇ ਜਾਵਾਂਗੇ ਟੂਰ ਲੈ ਕੇ ਜਾਵਾਂਗੇ ਅਸੀਂ ਇਹਨਾਂ ਨੂੰ ਸਮਾਨ ਇਕੱਠਾ ਕਰਕੇ ਲਿਆਉਣਗੇ ਜਨੌਰ ਇਕੱਠੇ ਕਰਕੇ ਲਿਆਉਣਗੇ ਸਾਰਾ ਕੁਝ ਛੁੱਟੀਆਂ ਦੇ ਵਿੱਚ ਇਵੈਂਟ ਮੈਨੇਜਮੈਂਟ ਬਣ ਗਿਆ ਔਰ ਜਿਹਦੇ ਕੋਲ ਪੈਸੇ ਨੇ ਉਹ ਜ਼ਿਆਦਾ ਖਰਚ ਕੇ ਜ਼ਿਆਦਾ ਵੱਡੇ ਕਰ ਲਏ ਜਿਹਦੇ ਕੋਲ ਥੋੜ੍ਹੇ ਨੇ ਉਹ ਥੋੜ੍ਹੇ ਕਰ ਲਏ ਇਵੈਂਟ ਮੈਨੇਜਮੈਂਟ ਬਣਾ ਕੇ ਅਸੀਂ ਬੱਚਾ ਵਿੱਚੋਂ ਮਾਈਨਸ ਕਰਤਾ ਬੱਚਾ ਮਾਈਨਸ ਕਰਤਾ ਵਾਲੀਆ ਸਾਹਿਬ ਜੀ ਈਵੈਂਟ ਮੈਨੇਜਮੈਂਟ ਬਣ ਚੁੱਕੀਆਂ ਛੁੱਟੀਆਂ ਮੇਰਾ ਸਵਾਲ ਇੱਕ ਨਾਲ ਇਹ ਵੀ ਹੈਗਾ ਜਿਹੜੀ ਡਾਕਟਰ ਗਰਗ ਹਰੀ ਗੱਲ ਕਰਦੇ ਪਏ ਵਾਰ ਵਾਰ ਬੱਚਿਆਂ ਨੂੰ ਉਹਨਾਂ ਦੇ ਮਨ ਮੁਤਾਬਕ ਕੰਮ ਕਰਨਾ ਚਾਹੀਦਾ ਜੇ ਉਹ ਕੁਛ ਤੋੜਦੇ ਆ ਤੋੜ ਦੇਣਾ ਚਾਹੀਦਾ ਤੁਹਾਡੇ ਕੋਲ ਕੋਈ ਸ਼ਿਕਾਇਤ ਆਉਂਦੀ ਉਹ ਜੀ ਬੱਚੇ ਨੇ ਮਹਿੰਗੀ ਚੀਜ਼ ਤੋੜਤੀ ਆ ਕਰਤਾ ਇਹਨੂੰ ਸਮਝਾਓ ਤੁਸੀਂ ਕਹਿ ਰਹੇ ਹੋ ਅੱਜ ਕੱਲ੍ਹ ਪੇਰੈਂਟਸ ਆਪਣੇ ਆਪ ਬੱਚੇ ਨੂੰ ਕੁਛ ਕਹਿੰਦੇ ਹੋਏ ਡਰਦੇ ਹੈ ਕਿਉਂ ਡਰਦੇ ਹੈ ਇਹ ਕਿਉਂਕਿ ਉਹ ਡਾਕਟਰ ਸਾਹਿਬ ਨੇ ਜਿੱਦਾਂ ਕਿਹਾ ਕਿ ਬੱਚੇ ਨਾਲ ਆਪਣਾ ਤਾਲਮੇਲ ਨਹੀਂ ਬਿਠਾਉਂਦੇ ਉਹਨਾਂ ਦੇ ਵਿੱਚ ਇੱਕ ਨਹੀਂ ਦੀਵਾਰ ਖੜੀ ਹੋ ਜਾਂਦੀ ਹੈ ਕਿ ਅਗਰ ਬੱਚੇ ਨੂੰ ਕੁਛ ਕਹਿੰਦੇ ਆ ਬੱਚਾ ਹਾਈਪਰ ਹੋ ਕੇ ਡਬਲ ਚੀਜ਼ ਨੂੰ ਤੋੜ ਦਿੰਦਾ ਤਾਂ ਉਹ ਲੋਕ ਪੇਰੈਂਟਸ ਕਹਿੰਦੇ ਜੀ ਕੁਛ ਐਸਾ ਕਰ ਦਿਓ ਕਿ ਇਹ ਬੱਚਾ ਨਾ ਸਾਡਾ ਬਹੁਤ ਜ਼ਿਆਦਾ ਮੋਬਾਈਲ ਚਲਾਉਂਦਾ ਜਾਂ ਉਹ ਲੈਪਟੋਪ ਨੂੰ ਲੱਗਿਆ ਰਹਿੰਦਾ ਵੀ ਅਸੀਂ ਕਿੱਥੋਂ ਕਰੀਏ ਮੈਂ ਉਹਨਾਂ ਨੂੰ ਕਿਹਾ ਤਿੰਨ ਚੀਜ਼ਾਂ ਜ਼ਰੂਰੀ ਹੈ ਬੱਚੇ ਨੂੰ ਤੁਸੀਂ ਕੌਨਫੀਡੈਂਟ ਕੰਪੀਟੈਂਟ ਅਤੇ ਕੇਅਰਿੰਗ ਬਣਾਓ ਤਿੰਨ ਸੀ ਬੜੇ ਇੰਪੋਰਟੈਂਟ ਨੇ ਮੇਰੀ ਇਸ ਫਿਲੋਸਫੀ ਦੇ ਮੁਤਾਬਿਕ ਪਰ ਕਰ ਕੀ ਰਹੇ ਹੈ ਬੱਚੇ ਤਿੰਨ ਟੀ ਦੇ ਪਿੱਛੇ ਪਏ ਹੈ ਉਹ ਕਹਿੰਦੇ ਟਰਾਂਸਪੋਰਟ ਲਿਆ ਜੋ ਕਾਰ ਦੇ ਅੰਦਰ ਘੁਮਾਓ ਜਾਂ ਸਕੂਟਰ ਦੇ ਉੱਤੇ ਘੁਮਾਓ ਸਾਨੂੰ ਟਰਾਂਸਪੋਰਟ ਦੈਨ ਟੈਕਨੋਲੋਜੀ ਟੀ ਵੀ ਗੈਜਟਸ ਹੋਰ ਇਹਨਾਂ ਨੂੰ ਦੇਖਣਾ ਅਤੇ ਤੀਜਾ ਟੈਲੀਫੋਨ ਮੋਬਾਈਲ ਦੇ ਉੱਤੇ ਬੱਚਾ ਕੰਨ 'ਤੇ ਲਗਾ ਕੇ ਬੈਠਾ ਰਹਿੰਦਾ ਉਹ ਚਾਹੇ ਉਹ ਦੇਖੇਗਾ ਚਾਹੇ ਕੰਨ 'ਤੇ ਲਗਾਏਗਾ ਬੱਚੇ ਨੂੰ ਇਹਨਾਂ ਚੀਜ਼ਾਂ ਤੋਂ ਅਲੱਗ ਨਹੀਂ ਹੋਣ ਦੇ ਰਹੇ ਬੱਚੇ ਕੀ ਕਰੇ ਔਨ ਕਰਕੇ ਇਹਨਾਂ ਚੀਜ਼ਾਂ ਨੂੰ ਪੋਟੈਟੋ ਚਿਪਸ ਖਾਂਦੇ ਹੈ ਅਤੇ ਅਗਰ ਦੇਖਿਆ ਜਾਏ ਤਾਂ ਡਾਕਟਰ ਸਾਹਿਬ ਚੰਗਾ ਜਾਣਦੇ ਕਿ ਬੱਚੇ ਖੁਦ ਪੋਟੈਟੋ ਬਣਦੇ ਜਾ ਰਹੇ ਹੈ ਉਹ ਇੱਕ ਐਸੀ ਪ੍ਰਵਿਰਤੀ ਹੋ ਰਹੀ ਹੈ ਕਿ ਫਿਜ਼ੀਕਲ ਤਾਂ ਹਿੱਲਾ ਨਹੀਂ ਅੱਗੇ ਬੈਠੇ ਰਹਿਣਾ ਕਿਸੇ ਚੀਜ਼ ਦੇ ਔਰ ਤੁਸੀਂ ਖਿੱਚ ਕੇ ਦੇਖੋ ਪੇਰੈਂਟਸ ਦਾ ਫੋਨ ਆ ਗਿਆ ਤਾਂ ਬੱਚਾ ਜ਼ੋਰ ਜ਼ੋਰ ਦੀ ਰੋਣ ਲੱਗ ਜਾਂਦਾ ਹੈ ਔਰ ਰੋ ਕੇ ਕਈ ਵਾਰੀ ਫੋਨ ਨੂੰ ਚੁੱਕੇ ਨੀਚੇ ਗੇਰ ਦਿੰਦਾ ਮੋਬਾਈਲ ਨੂੰ ਫਿਰ ਪੇਰੈਂਟ ਕਹਿੰਦਾ ਮੇਰਾ ਬੱਚਾ ਬਹੁਤ ਹਾਈਪਰ ਹੋ ਗਿਆ ਜੀ ਇਸ ਨੂੰ ਕਿੱਦਾਂ ਕੰਟਰੋਲ ਕਰੀਏ ਅਸੀਂ ਉਹਨਾਂ ਨੇ ਕਿਹਾ ਵੀ ਤੁਸੀਂ ਅਗਰ ਇਹਨੂੰ ਕੰਟਰੋਲ ਕਰਨਾ ਹੈ ਤੁਸੀਂ ਆਪਣੇ ਆਪ ਨੂੰ ਵੀ ਕੰਟਰੋਲ ਕਰੋ ਤੁਸੀਂ ਬੱਚੇ ਦੇ ਸਭ ਨੇ ਇਹਨਾਂ ਚੀਜ਼ਾਂ ਦਾ ਘੱਟ ਤੋਂ ਘੱਟ ਪ੍ਰਯੋਗ ਕਰੋ ਤਾਂ ਕਿ ਬੱਚਾ ਇਹਨਾਂ ਚੀਜ਼ਾਂ ਤੋਂ ਸਿੱਖੇ ਕਿ ਮੈਂ ਹੋਰ ਕਰਨਾ ਕੀ ਹੈ ਕੋਈ ਕਿਤਾਬ ਤਾਂ ਲੈ ਕੇ ਆਓ ਆਪ ਵੀ ਪੜ੍ਹੋ ਅਤੇ ਬੱਚੇ ਨੂੰ ਵੀ ਦਿਓ ਪਰ ਕਿਤਾਬਾਂ ਦਾ ਕਲਚਰ ਖਤਮ ਹੁੰਦਾ ਜਾ ਰਿਹਾ ਉਹ ਬੱਚੇ ਸਿਰਫ ਦੇਖਣ ਦਾ ਕਲਚਰ ਦੇਖ ਰਹੇ ਹੈ ਸੁਣਨ ਦਾ ਦੇਖ ਰਹੇ ਪਰ ਆਪ ਪੜ੍ਹਨ ਦਾ ਨਹੀਂ ਦੇਖ ਰਹੇ ਤੋ ਐਜ਼ ਅ ਰਿਜ਼ਲਟ ਕੀ ਹੋ ਰਿਹਾ ਕਿ ਸਮਾਜ ਦੇ ਅੰਦਰ ਇੱਕ ਬੜੀ ਵੱਡੀ ਕੁਰੂਤੀ ਆ ਰਹੀ ਹੈ ਉਹ ਕੁਰੂਤੀ ਇਹ ਹੈ ਕਿ ਵੀ ਅਸੀਂ ਬੱਚੇ ਨੂੰ ਕਿਸੇ ਚੀਜ਼ 'ਚ ਬਿਜ਼ੀ ਕਰ ਦਿਓ ਸਵੇਰੇ ਛੱਡਿਆਓ ਕੈਂਪ ਦੇ ਅੰਦਰ ਸ਼ਾਮ ਨੂੰ ਲੈ ਆਓ ਉਹ ਕਈ ਤਾਂ ਕਹਿੰਦੇ ਉੱਥੇ ਬੱਚੇ ਨੂੰ ਖਾਣਾ ਮਿਲੇਗਾ ਜੀ ਉੱਥੇ ਅਗਰ ਲੰਚ ਵੀ ਮਿਲਦਾ ਤਾਂ ਸਲਾਹ ਵੀ ਉੱਥੇ ਹੀ ਦਿਓ ਤਾਂ 5 ਵਜੇ ਅਸੀਂ ਲੈ ਜਾਵਾਂਗੇ ਤਾਂ ਬੱਚੇ ਪੈਦਾ ਕਰਨ ਤੱਕ ਪੇਰੈਂਟਸ ਆਪਣੀ ਡਿਊਟੀ ਸਮਝ ਰਹੇ ਬੱਚੇ ਨੂੰ ਪਾਲਣ ਲਾਲਣ ਜਿਹਨੂੰ ਕਹਿੰਦੇ ਸੀ ਉਹ ਨਹੀਂ ਮਿਲਦਾ ਉਹ ਮਿਲ ਨਹੀਂ ਰਿਹਾ ਬੱਚੇ ਨੂੰ ਵਿਨੋਦ ਕੁਮਾਰ ਇਸੇ ਕਰਕੇ ਬੱਚਾ ਅਗਰੈਸਿਵ ਹੋ ਰਿਹਾ ਵਿਨੋਦ ਕੁਮਾਰ ਜੀ ਇਹਨਾਂ ਨੇ ਕਿਹਾ ਬੱਚੇ ਹਾਈਪਰ ਹੋ ਰਹੇ ਆ ਮੈਂ ਤਾਂ ਲੱਗਦਾ ਅਸੀਂ ਸਾਰੇ ਹਾਈਪਰ ਹੋ ਜਾਂਦੇ ਬਿਲਕੁਲ ਮੁਝੇ ਲੱਗ ਰਿਹਾ ਕਿ ਹਾਈਪਰ ਹੋਣਾ ਬੱਚੋਂ ਕੇ ਨੇਚਰ ਮੇ ਹੈ ਉਨਕੀ ਐਨਰਜੀ ਕੋ ਚੈਨਲਾਈਜ਼ ਕਰਨਾ ਪੜੇਗਾ ਚੈਨਲਾਈਜ਼ ਕਰਨੇ ਕੇ ਲੀਏ ਆਪਕੋ ਬਹੁਤ ਹੀ ਸਾਮਾਨਿਆ ਤਰੀਕੇ ਸੇ ਉਨਸੇ ਬਾਤਚੀਤ ਕਰਨੀ ਪੜੇਗੀ
और अगर आप छुट्टियां बिता रहे हैं सोशल मीडिया पे दिखाने के लिए, फोटोएं डालने के लिए, ये सही के लिए टकाने वाली, तो आप छुट्टियां नहीं बिता रहे हैं, आपको कोई दूसरा कंट्रोल कर रहा है, मतलब आप दूसरों की एक्सपेक्टेशन के मुताबिक अपने आप को डालने बेसिकली वो बाजार ही है जिहड़ा कंट्रोल कर रहा है सर। बिल्कुल, तो ये चाइल्ड साइकोलॉजी के लिए बहुत ही खतरनाक मामला है। अगर आप सोशल मीडिया पे ज्यादा उनकी फोटोएं डालना चालू कर देंगे तो उनसे ज्यादा नुकसान होगा। उसके बाद में ज़्यादा से ज़्यादा नेचर के साथ में, प्रकृति के साथ में, रुखों के साथ में आपको टाइम बिताना पड़ेगा और आपको भी उनमें क्यूरियोसिटी जगाना पड़ेगा। उसके बाद में बिल्कुल, और आपको बच्चों को सिखाने के लिए मेहनत करने की ज़रूरत नहीं है, बस वो माहौल बना दीजिए जिसमें बच्चे सीखना चाहें। एक एग्जाम्पल मैं आपको देना चाहूँगा, मेरी बेटी 4.5 साल की है अभी, मैं घर पर बैठ के किताब पढ़ रहा हूँ, मेरी वाइफ को मैंने किताब दे दिया उसके इंटरेस्ट की, हम दोनों किताब पढ़ रहे हैं, तो बीच में आके बोल रही है, नहीं मेरा किताब कोई पढ़ के सुनाएगा भाई, मुझे सुनाओ इसमें क्या लिखा है, आप पढ़ रहे हो वो आप बोल रहे हो, माहौल क्रिएट किया। आपको क्या है, अगर घर में मोबाइल आप दोनों लेके बैठे हुए हैं और आप एक्सपेक्ट कर रहे हैं कि बच्चा किताब पढ़ेगा, तो ऐसा नहीं होगा। आपको एक एग्जाम्पल के तौर पर अपने आप को सेट करना पड़ेगा और होमवर्क नहीं होना चाहिए। चलो ये बच्चे आपदे आप तो नहीं है डिबेट देख सकते, उन्होंने मापे डिबेट दिखा दें जी सिखियां तुम दे रहे हो। बिल्कुल, और होमवर्क नहीं होना चाहिए, होमवर्क जो फॉर्मल होमवर्क है वो बच्चों के दिमाग को डम कर सकता है। ठीक है, अच्छा है कि उनको क्रिएटिव बनना, डट करके कहते माहौल बनाना चाहिए। तो मैं तो वो सवाल फिर कर दाँगा, टेक्नोलॉजी वाला सवाल आ जाता फिर, मापे जो बच्चों तो रिमोट खोन गए भी तुसी आ नहीं देखना, कार्टून नहीं देखने, यही जी चर्चा बच्चे नूं दिखाणगे उह? नहीं नहीं, जिथे तक सवाल है तुसी कहिंदे रिमोट खोन वाली गल, एक लैवल ते जाके साडे कोल भी एक बच्चा बहुत ही ज़्यादा फर्ज करो अग्रेसिव है, उहनूं एक वक्त असीं कहांगे बहि जा इत्थे, उह गलत होएगा। रिमोट खोना, वो टीवी ते लग्गिया होया टीवी तों करना, जां उहदा मोबाइल खोना उहनूं खोह के बंद कर देना, दिस इज़ नॉट द सोल्यूशन, बिल्कुल नहीं है। वह लग्या होया कोई गल नहीं, उहनूं तुसीं नाल कैरी करो। कै मैं एक एग्जाम्पल दिंदा, मेरे सामने कोई बच्चे लैके आए कि जी बच्चा तो सारा दिन टीवी देखता रहता है, वो अठवीं पढ़ता सी, मैं आख्या भी अच्छा बच्चे तू इंज करया कर, तू टीवी देख जिन्ना देखना, ठीक है, तू अपना टाइम टेबल बना लै भी तो किन्ने घंटे टीवी देखना, किन्ने वार देखने दिन चे विचाले जो तेरे को टाइम बचा उदो की करना, हौली हौली वह एक महीने च वो आपका टाइम टेबल बना, टीवी अपना घटाता, तो पढ़ाई वाल ज़्यादा बढ़ गया। असी बच्चे दे उत्ते ये विश्वास ही नहीं करते कि बच्चा खुद अपना टाइम टेबल बना सकता, ट्रस्ट करो, मेरे मापे ने जो बच्चे से विश्वास करते हैं कि बच्चा खुद कर सकता। ठीक है, ये बहुत अहम पॉइंट है डॉक्टर राष्ट जी, चर्चा को समाप्त करनी है, ज्यादा लंबी चर्चा किसी ने देखनी भी नहीं क्योंकि छुट्टियां तो लंबी होंगे पर चर्चा लंबी नहीं होनी चाहिए। आज साहब किवें क्लोज करिए इस चर्चा को? मैं समझा कि छुट्टियां का एक साड़ा पैगाम एक सुनेहा यह होना चाहिए कि असी बच्चों नूं सृजनात्मकता दे नाल जुड़िए, छुट्टियां दे विच बच्चों नूं वो कुछ देइए जो उन्होंने मार्गदर्शन करे और उन्होंने आने वाले समय दे विच लाहेवंद होवे। एक है आम तौर पर सिक्ख्या के खेत्र दे विच खेड विधि है कि बच्चे नूं खेड खेड दे विच समझाउणा, खेड खेड दे विच पढ़ाउणा, और वो जिहड़ी साडी विधि है खेड विधि वो साडे कोल खत्म हो चुकी है। और मैं चाहुंदा हाँ कि जिवें साडे लेखकां ने भी बच्चों वास्ते लिखिया एक छोटा जिहा खेड विधि नाल जुड़िया होया अमृता प्रीतम दे दो सत्रां ने जिहड़ियां वो मैं सांझे करनी चाहुंदा हाँ कि एक बच्चा जिहड़ा खेड खेड दे विच किस तरह अपना जिहड़ा है वो कपड़े पाउंदा है ते किस तरह उस नूं अमृता प्रीतम ने इस तरह लिखिया है कि निक्का जिहा एक मुन्ना सी, बड़ा ही बीबा मुन्ना सी, एक दिन उहने आपे आपे झग्गा पाया, निकर पाई, नाले पाइया जुराबा, एक दिन उन्हें आपे आपे झग्गा पाया, निकर पाई, नाले पाइया जुराबा, झग्गा भी उन्हें सीधा पाया, निकर भी उन्हें सीधी पाई, जुराबा पा लिया पुठियाँ, एक ही किता ही मुन्ने कड़ूने। बीबी उन्हूं पुछया प्यारा प्यारा मूँह बना के, बीबी नू उस दसिया बीबी बीबी दलते छुन लै, होलती मैं तलदा छिदे पाछियों पात गई आछी, पुथियां फेल ना पांदा। और जो एक बच्चे की मासूमियत और जी कोमलता है जी वो खेड विधि के राही प्रगट होंदी है, तो मैं समझना कि एक बाल कविता के रूप के प्रभाव है जोड़ा वो साढ़े बाल पाठकों पर भी पैंदा है, और बच्चा खेड विधि के नाल कुछ ना कुछ क्रिएटिव है जोड़ा काम वो अपने वालों करना चाहता है, भावें वो गलती कर रहा है लेकिन वो मन च एक भावना है कि मैं भी कुछ ना कुछ अपने हथी करा। और यही छुट्टियां का मनोरथ भी यही होना चाहिए कि बच्चे खुला मौका दो, खुला समान दो, खुलियां उड़ारियां मारन के मौके दो। और जिवें एक बार बार गल आ रही है कि समर कैंपां दे विच की है
ਸਾਡਾ ਉੱਥੇ ਬਹੁਤ ਕੁਛ ਘੱਟ ਰਹਿ ਗਿਆ ਪੰਜਾਬੀਆਂ ਦਾ। ਉੱਥੇ ਤੁਹਾਨੂੰ ਸੱਭਿਆਚਾਰ ਵੀ ਅੰਗਰੇਜ਼ੀ ਮਿਲੇਗਾ, ਉਹਨਾਂ ਦੀ ਭਾਸ਼ਾ ਦੇ ਜਿਹੜੇ ਗੀਤ ਨੇ ਉਹ ਵੀ ਅੰਗਰੇਜ਼ੀ ਭਾਸ਼ਾ ਦੇ ਪੱਛਮੀ ਕਲਚਰ ਵਾਲੇ ਮਿਲਣਗੇ, ਪਹਿਰਾਵਾ ਵੀ ਉਹਨਾਂ ਦਾ ਉਸ ਤਰ੍ਹਾਂ ਦਾ ਮਿਲੇਗਾ। ਸਾਡਾ ਆਪਣਾ ਬਹੁਤ ਕੁਛ ਪਿਛਾ ਰਹਿ ਗਿਆ। ਲੋੜ ਅੱਜ ਇਸ ਗੱਲ ਦੀ ਹੈ ਕਿ ਜਿਹੜੇ ਸਾਡੇ ਸਮਰ ਕੈਂਪ ਨੇ, ਛੁੱਟੀਆਂ ਦਾ ਸਹੀ ਮਨੋਰਥ ਤਾਂ ਹੋਏਗਾ ਕਿ ਅਸੀਂ ਆਪਣੇ ਪੰਜਾਬੀ ਪਿਛੋਕੜ ਨੂੰ, ਭਾਸ਼ਾ ਨੂੰ, ਸਾਹਿਤ ਨੂੰ ਉਹਨਾਂ ਸਮਰ ਕੈਂਪਾਂ ਦੇ ਵਿੱਚ ਇਸ ਤਰੀਕੇ ਨਾਲ ਪੇਸ਼ ਕਰੀਏ ਕਿ ਸਾਡੇ ਬੱਚਿਆਂ ਦਾ ਮਾਰਗਦਰਸ਼ਨ ਵੀ ਹੋਵੇ, ਮਨੋਰੰਜਨ ਵੀ ਹੋਵੇ, ਔਰ ਉਹ ਸਾਰਾ ਕੁਛ ਉਹਨਾਂ ਦੀ ਐਜੂਕੇਸ਼ਨ ਹੈ ਜਿਹੜੀ ਸਿੱਖਿਆ ਉਹਦੇ ਲਈ ਸਹਾਈ ਹੋਵੇ। ਔਰ ਮੈਂ ਸਮਝਦਾ ਹਾਂ ਕਿ ਫਿਰ ਛੁੱਟੀਆਂ ਨੇ ਜਿਹੜੀਆਂ ਉਹ ਸਾਡੇ ਲਈ ਕਿਸੇ ਵੀ ਪੱਖ ਤੋਂ ਨਕਾਰਾ ਨਹੀਂ ਹੋਣਗੀਆਂ, ਬਲਕਿ ਛੁੱਟੀਆਂ ਨੂੰ ਛੁੱਟੀਆਂ ਹੋਣੀਆਂ ਚਾਹੀਦੀਆਂ ਨੇ, ਔਰ ਉਹਦੇ ਵਿੱਚ ਜਿਹੜੇ ਬੱਚੇ ਨੇ ਇੰਜੋਏ ਵੀ ਕਰਨਗੇ, ਔਰ ਮੈਂ ਸਮਝਦਾ ਹਾਂ ਕਿ ਆਪਣਾ ਜਿਹੜਾ ਹੈ ਮਾਰਗਦਰਸ਼ਨ ਹੈ ਉਹਦੇ ਵਿੱਚੋਂ ਹਾਸਲ ਕਰਨਗੇ। ਸਿਰਜਣਾਤਮਕਤਾ ਦੇ ਜਿਹੜੇ ਬੀਜ ਨੇ ਉਹ ਬੀਜੇ ਜਾਣੇ ਚਾਹੀਦੇ ਨੇ, ਔਰ ਜਦੋਂ ਸਿਰਜਣਾਤਮਕਤਾ ਦਾ ਜਿਹੜਾ ਬੀਜ ਹੈ ਉੱਗੇਗਾ ਉਹ ਤਾਂ ਫਿਰ ਇੱਕ ਬਿਰਛ ਬਣੇਗਾ ਜਿਹਦੇ ਵਿੱਚ ਸਾਡਾ ਪੰਜਾਬੀ ਸੱਭਿਆਚਾਰ, ਪੰਜਾਬੀ ਸਾਹਿਤ, ਪੰਜਾਬੀ ਭਾਸ਼ਾ ਪ੍ਰਫੁੱਲਿਤ ਹੋਣਗੇ। ਮੈਂ ਇੱਕ ਲਾਈਨ 'ਚ ਹੈ, ਇੱਕ ਤਾਂ ਜਿਹੜਾ ਤੁਸੀਂ ਛੁੱਟੀਆਂ ਝੂਠੀਆਂ ਨਾ ਹੋਣ, ਅੱਜ ਝੂਠੀਆਂ ਨੇ ਕਿਉਂਕਿ ਸਕੂਲ ਦੇ ਕੰਮ ਅਸੀਂ ਉੱਥੇ ਸੋਚਦੇ ਹਾਂ। ਜੇ ਅਸੀਂ ਛੁੱਟੀਆਂ ਦੇ ਵਿੱਚ ਉਹਨੂੰ ਸਕੂਲਾਂ ਨੂੰ ਤੋੜ ਦਈਏ, ਸਿੱਖਿਆ ਦੇ ਨਾਲ ਜੋੜ ਦਈਏ, ਇੱਕ ਹੋਰ ਨਵੀਂ ਗੱਲ ਸਿੱਖੇਗਾ ਤਾਂ ਇਹ ਛੁੱਟੀਆਂ ਸਫਲ। ਚਲੋ ਬਹੁਤ ਧੰਨਵਾਦ ਤੁਹਾਡਾ ਡਾਕਟਰ ਗਰਗ ਵਾਲੇ ਸਾਹਿਬ, ਤੁਹਾਡਾ ਬਹੁਤ ਧੰਨਵਾਦ। ਵਿਨੋਦ ਜੀ ਤੁਹਾਡਾ ਬਹੁਤ ਧੰਨਵਾਦ, ਡਾਕਟਰ ਦਰਸ਼ਨ ਆਸ ਤੁਹਾਡਾ ਬਹੁਤ ਧੰਨਵਾਦ, ਤੁਸੀਂ ਇੰਗਨ ਮਿੰਗਨ ਤੋਂ ਲੈ ਕੇ ਪਤਾ ਨਹੀਂ ਕੀ ਕੁਛ ਪੁਰਾਤਮ ਜਿਹੜਾ ਯਾਦ ਕਰਾਤਾ ਹੈਗਾ, ਅਤੇ ਉਸ ਵਿਰਸੇ ਨੂੰ ਸਾਨੂੰ ਯਾਦ ਕਰਨਾ ਪਵੇਗਾ। ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ। ਅਸੀਂ ਬੜੇ ਸਾਰੇ ਸਵਾਲ ਕੀਤੇ ਸੀ ਤੁਹਾਡੇ ਲਈ ਕੀਤੇ ਹੈਗੇ ਆ, ਪਰ ਅਸਲ ਵਿੱਚ ਸਵਾਲ ਸਾਡੇ ਸਾਰਿਆਂ ਦੇ ਲਈ ਹੈਗੇ ਆ। ਸਵਾਲ ਸਾਨੂੰ ਸਾਰਿਆਂ ਨੂੰ ਪੁੱਛਣਾ ਪਵੇਗਾ, ਆਪਦੇ ਆਪ ਇਹੋ ਜਿਹਾ ਮਾਹੌਲ ਤਿਆਰ ਕਰਨਾ ਪਵੇਗਾ ਕਿ ਬੱਚਿਆਂ ਨੂੰ ਛੁੱਟੀਆਂ ਛੁੱਟੀਆਂ ਲੱਗਣ, ਛੁੱਟੀਆਂ ਝੂਠੀਆਂ ਨਾ ਲੱਗਣ। ਅਤੇ ਜੇ ਤੁਸੀਂ ਘੁੰਮਦੇ ਹੋ ਛੁੱਟੀਆਂ ਦੇ ਵਿੱਚ ਤਾਂ ਸੋਸ਼ਲ ਮੀਡੀਆ ਲਈ ਨਾ ਘੁੰਮੋ, ਸੋਸ਼ਲ ਹੋਣ ਲਈ ਘੁੰਮੋ। ਦਾਦੀ ਦਾਦਾ ਜਿਨ੍ਹਾਂ ਦੇ ਹੈਗੇ ਆ, ਨਾਨੀ ਨਾਨਾ ਜਿਨ੍ਹਾਂ ਦੇ ਹੈਗੇ ਆ, ਉਹਨਾਂ ਕੋਲ ਜ਼ਰੂਰ ਜਾਇਆ ਕਰੋ। ਮੈਂ ਆਪਦੇ ਦਾਦੀ ਦਾਦਾ ਹਰਾਂ ਨੂੰ ਬੜਾ ਮਿਸ ਕਰਦਾ ਹੈਗਾ, ਕਿਉਂਕਿ ਉਹ ਇਸ ਦੁਨੀਆ ਵਿੱਚ ਨਹੀਂ ਰਹੇ। ਜੇ ਹੁੰਦੇ ਤਾਂ ਸ਼ਾਇਦ ਮੈਂ ਵੀ ਇਸ ਡਿਬੇਟ ਦੇ ਵਿੱਚੋਂ ਛੁੱਟੀ ਲੈ ਕੇ ਉਹਨਾਂ ਨੂੰ ਮਿਲਣ ਜ਼ਰੂਰ ਜਾਂਦਾ। ਬਹੁਤ ਧੰਨਵਾਦ।